ਇੱਕ ਲੜਕੀ ਨੂੰ ਤੁਸੀਂ ਹਸਪਤਾਲ ਕਿਉਂ ਸੇਫ ਨਹੀਂ, ਹੋਰ ਕਿੱਥੇ ਸੇਫ ਹੋਊਗੀ ਬਈ? ਧਨ ਦੀ ਦੇਵੀ ਹੈ, ਵਿੱਦਿਆ ਦੀ ਦੇਵੀ ਹੈ, ਅਤੇ ਉਹ ਔਰਤ ਤਾਕਤ ਦੀ ਵੀ ਦੇਵੀ ਹੈ, ਪਰ ਅਸੀਂ ਉਸ ਔਰਤ ਦੀ ਪੂਜਾ ਨਹੀਂ ਕਰਦੇ, ਅਸੀਂ ਕੰਨਿਕਾ ਦੀ ਪੂਜਾ ਤਾਂ ਕਰਦੇ ਹਾਂ। ਅਸੀਂ ਕੰਜਕਾਂ ਦੀ ਪੂਜਾ ਦੇ ਨਾਂ 'ਤੇ ਔਰਤ ਦੇ ਨਾਲ ਫਿਰ ਵੀ ਜ਼ੁਲਮ ਕਰਦੇ ਹਾਂ। ਇੱਕ ਗੱਲ ਮੈਂ ਸਮਝ ਨਹੀਂ ਚਾਹੁੰਦਾ ਕਿ ਇਹਦੀ ਵਜ੍ਹਾ ਸਿਰਫ ਅਤੇ ਸਿਰਫ ਇੱਕ ਕਾਮ ਵਾਸਨਾ ਸੀ ਜਿਹੜਾ ਰੇਪ ਹੋਇਆ, ਜਾਂ ਇਹਦੇ ਪਿੱਛੇ ਲੱਗਦਾ ਸੀ ਕਿ ਇੱਕ ਬਹੁਤ ਵੱਡੀ ਕੋਈ ਕੁੜੀ ਦੇ ਕੋਲ ਕੋਈ ਜਾਣਕਾਰੀ ਸੀ? ਉਹਦੇ 'ਚ ਇਹ ਲੱਗਦਾ ਹੈ ਵੀ ਇਹ ਬੰਦਾ ਬਦਮਾਸ਼ ਜਿਹੜਾ ਹੈ, ਇਹ ਕਿਉਂਕਿ ਜਦ ਜਿਵੇਂ ਕੁੱਤਾ ਹਲਕਿਆ ਹੁੰਦਾ ਹੈ, ਉਹ ਨਹੀਂ ਪਛਾਣਦਾ ਫਿਰ ਕੌਣ ਆਪਣਾ ਇੱਥੇ ਕੌਣ ਪਰਾਇਆ। ਜੋ ਗੱਲ ਸਾਹਮਣੇ ਆ ਰਹੀ ਆ, ਹਾਲਾਂਕਿ ਉਹ ਪੋਸਟਮਾਰਟਮ ਰਿਪੋਰਟ ਹਲੇ ਪਬਲਿਕ ਨਹੀਂ ਹੋਏਗੀ, ਪਬਲਿਕ ਡੋਮੇਨ ਦੇ ਵਿੱਚ ਨਹੀਂ ਹੈਗੀ। ਨੋਰਮਲ ਬੰਦੇ ਦਾ 150 ਗ੍ਰਾਮ ਸੀਮਨ, ਗ੍ਰਾਮ ਨਹੀਂ ਹੈ, ਮਿਲੀਗ੍ਰਾਮ, ਮਿਲੀਗ੍ਰਾਮ ਜਿਹੜਾ ਹੈਗਾ। ਦੇਖੋ ਸੀਮਨ ਤਾਂ ਜਿਹੜਾ ਹੈਗਾ ਨਾ, ਉਹਨਾਂ ਨੇ ਕਿਹਾ ਵੀ ਇਹ ਮਲਟੀਪਲ ਹੋ ਸਕਦਾ ਹੈ, ਉਹਨਾਂ ਪੁਲਿਸ ਨੇ ਜਿਹੜਾ ਰਿਐਕਸ਼ਨ ਕਰਿਆ ਉਹ ਗਲਤ ਕਰਿਆ। CBI ਜਦ ਆਪਣੀ ਆਈ 'ਤੇ ਆ ਜਾਏ ਉਦੋਂ ਸਭ ਕੁਛ ਕਰ ਸਕਦੀ ਹੈ, ਕਿਉਂਕਿ ਇਹ ਨਹੀਂ ਹੈ ਏਜੰਸੀ ਕੋਈ ਕਮਜ਼ੋਰ ਨਹੀਂ, ਉਹ ਉਹਦੇ ਕੋਲ ਕੋਈ ਸਕਿੱਲ ਦੀ ਕੋਈ ਘਾਟ ਨਹੀਂ ਹੈ। ਪਰ ਸਵਾਲ ਇਹ ਹੈ ਵੀ ਜੇ ਮਨ ਹਰਾਮੀ ਹੋ ਜੀ, ਕਿਉਂਕਿ ਜਿਹੋ ਜਿਹਾ ਸਿਆਸੀ ਮਾਮਲਾ ਹੈ, ਇਹ ਗੈਰ ਮਨੁੱਖੀ ਕਾਰਜ 'ਤੇ ਰੋਣ, ਹਰ ਵਕਤ ਰੋਣ ਆਉਂਦਾ ਹੈ ਵੀ ਹੱਦ ਹੋ ਗਈ, ਇਹ ਮੁਲਕ ਰਹਿਣ ਦੇ ਕਾਬਲ ਹੈ? ਇਹ ਗੱਲਾਂ ਮਾਰ ਦੇਣ, ਉਹ ਇੱਥੋਂ ਜੀ ਲੋਕ ਭੱਜ ਕੇ ਜਾ ਰਹੇ ਨੇ, ਜਾਣ ਨਾ ਹੋਰ ਕੀ ਕਰਨਾ? ਅਤੇ ਸਾਡੇ ਸਿਆਸਤਦਾਨ ਇਸ ਲੈਵਲ 'ਤੇ ਆ ਗਏ ਵੀ ਜੇ ਕੋਈ ਕਿਸੇ ਚੋਣ 'ਚ ਨਾਲ ਚਲਾ ਗਿਆ ਜਲੂਸ 'ਚ, ਤਾਂ ਫਿਰ ਉਹਦਾ ਹੋ ਗਿਆ। ਪਹਿਲੀ ਗੱਲ ਤਾਂ ਪੋਸਟਮਾਰਟਮ ਵਾਲੇ ਡਾਕਟਰਾਂ ਨੂੰ ਕੋਈ ਬਿਆਨ ਨਹੀਂ ਦੇਣਾ ਚਾਹੀਦਾ ਪੁਲਿਸ ਨੂੰ, ਇੰਨਾ ਸੋਰੀ ਲੋਕਾਂ ਨੂੰ, ਮੀਡੀਆ ਨੂੰ, ਜਿਹਨੇ ਪੋਸਟਮਾਰਟਮ ਕਰਿਆ ਹੀ ਸ਼ੁੱਡ ਕੀਪ ਮਾਪ। ਉਹਦੀ ਐਨ ਕਿਰੀ ਪਈ ਹੈ, ਉਹਦਾ ਲੈਪਟਾਪ ਬੰਦ ਪਿਆ, ਉਸ 'ਚ ਪਾਣੀ ਦੀ ਬੋਤਲ ਗਿਰੀ ਹੋਈ ਹੈ, ਉਹਦੀਆਂ ਅੱਖਾਂ 'ਚ ਖੂਨ ਹੈ, ਇਹ ਡਾਕਟਰ ਕਿ ਹਲਵਾਈ ਹੈ ਇਹਨੂੰ ਨਹੀਂ ਪਤਾ? ਬਾਬਾ ਫਰੀਦ ਨੇ ਕਿਹਾ, ਲੋੜੇ ਦਾਖ ਵਜਾਉਣੀਆਂ ਕਿੱਕਰ ਬੀਜੇ ਜੱਟ, ਹੰਡੇ ਉੱਨ ਕਤਾਏ ਦਾ ਪੈਦਾ ਲੋੜੇ ਪੱਟ, ਤੁਸੀਂ ਬੀਜਦੇ ਕੰਡੇ ਹੋ। ਇੱਕ ਫਿਲਮ ਆਈ ਸੀ 79 ਦੇ ਦਹਾਕੇ 'ਚ ਸ਼ਾਇਦ, ਜਿਹੜੀ ਹੈਗੀ ਆ ਰਾਮ ਤੇਰੀ ਗੰਗਾ ਮੈਲੀ ਜੀ, ਉਹ ਗੰਗਾ ਕਦੇ ਸਾਫ਼ ਹੋਵੇਗੀ? ਨਹੀਂ, ਹੁਣ ਤਾਂ ਗੰਗਾ ਕਿਆ, ਹੁਣ ਤਾਂ ਸਾਰੀਆਂ ਨਦੀਆਂ ਮੈਲੀਆਂ ਕਰਤੀਆਂ ਇਹਨਾਂ ਨੇ। ਅਸੀਂ ਦੁਰਯੋਧਨ ਦੀ ਗੱਲ ਕਰਦੇ ਹਾਂ, ਅਸੀਂ ਰਾਵਣ ਦੀ ਗੱਲ ਕਰਦੇ ਹਾਂ, ਔਰ ਗੱਲ ਅਸੀਂ ਰਾਮ ਦੀ ਵੀ ਕਰਦੇ ਹਾਂ। ਰਾਮ ਰਾਜ ਕਿਹੋ ਜਿਹਾ ਹੋਣਾ ਚਾਹੀਦਾ ਹੈ, ਰਾਮ ਰਾਜ ਦੇ ਵਿੱਚ ਕਿਹੋ ਜਿਹੀਆਂ ਔਰਤਾਂ ਦੀ ਸੁਰੱਖਿਆ ਲਈ ਪ੍ਰਬੰਧ ਹੋਣੇ ਚਾਹੀਦੇ ਨੇ, ਕਿਉਂਕਿ ਅਸੀਂ ਇਸ ਗੱਲ ਦਾ ਜ਼ਿਕਰ ਇਸ ਕਰਕੇ ਕਿਉਂ ਰਹੇ ਹਾਂ ਕਿ ਪੂਰੀ ਇਸ ਇਲੈਕਸ਼ਨ ਕੰਪੇਨ ਦੇ ਵਿੱਚ ਰਾਮ ਰਾਜ ਦਾ ਰੌਲਾ ਜ਼ਿਆਦਾ ਰਿਹਾ, ਰਾਮ ਦਾ ਰੌਲਾ ਜ਼ਿਆਦਾ ਰਿਹਾ। ਪਰ ਉਸੇ ਰਾਮ ਰਾਜ ਦੇ ਵਿੱਚ ਇੱਕ ਅਜਿਹੀ ਘਿਨਾਉਣੀ ਕਲਕੱਤਾ ਦੇ ਵਿੱਚ ਘਟਨਾ ਵਾਪਰੀ ਹੈ ਜਿਸ ਨੇ ਉਸ ਸੀਤਾ ਨੂੰ ਵੀ ਮੁੜ ਯਾਦ ਕਰਾ ਦਿੱਤਾ, ਉਸ ਦ੍ਰੋਪਦੀ ਨੂੰ ਵੀ ਮੁੜ ਯਾਦ ਕਰਵਾ ਦਿੱਤਾ ਹੈ। ਬੇਹੱਦ ਸ਼ਰਮਨਾਕਾਰਾ ਵੇਖਣ ਨੂੰ ਮਿਲਿਆ। ਅੱਜ ਪੂਰੀ ਸਾਡਾ ਦੇਸ਼ ਇਸ ਪੂਰੀ ਘਟਨਾ ਤੋਂ ਬਾਅਦ ਦੁਖਦ ਹੈ, ਔਰ ਅੱਜ ਪੂਰੇ ਸਮਾਜ ਦੇ ਵਿੱਚ ਇਸ ਦੀ ਚਰਚਾ ਹੈਗੀ ਹੈ। ਤਾਂ ਇਸ ਘਟਨਾ 'ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਡਾਕਟਰ ਪਿਆਰੇ ਲਾਲ ਗਰਗ ਨੇ, ਲੰਬਾ ਸਮਾਂ ਇਹਨਾਂ ਦਾ ਇਸ ਪੂਰਾ ਤਜਰਬਾ ਰਿਹਾ ਹੈਗਾ, ਔਰ ਡਾਕਟਰਾਂ ਨੂੰ ਭਗਵਾਨ ਦਾ ਰੂਪ ਮੰਨਿਆ ਜਾਂਦਾ, ਜਦੋਂ ਭਗਵਾਨ ਦੇ ਨਾਲ ਹੀ ਅਜਿਹੀਆਂ ਘਟਨਾਵਾਂ ਹੋਣੀਆਂ ਤਾਂ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ? ਅਤੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਪਹਿਲਾਂ ਤਾਂ ਬੜੀ ਸ਼ਰਮ ਦੀ ਗੱਲ ਹੈ ਜੀ, ਅਸੀਂ ਜਿਸ ਭਗਵਾਨ ਦੇ ਸਾਹਮਣੇ ਬੈਠੇ ਹਾਂ, ਜਿਨ੍ਹਾਂ ਨੇ ਬੜੀਆਂ ਲੋਕਾਂ ਨੂੰ ਜ਼ਿੰਦਗੀਆਂ ਬਖਸ਼ੀਆਂ ਹੁੰਦੀਆਂ, ਉਹਨਾਂ ਦੀ ਆਪਦੀ ਜ਼ਿੰਦਗੀ ਜਿਹੜੀ ਹੈਗੀ ਉਹ ਖਤਰੇ ਦੇ ਵਿੱਚ ਆ। ਮੈਨੂੰ ਇਹ ਲੱਗਦਾ ਵੀ ਡਾਕਟਰੀ ਦਾ ਜਿਵੇਂ ਤੁਸੀਂ ਕਿਹਾ ਹੀ ਹੈ, ਭਗਵਾਨ ਰਾਮ ਨੂੰ ਡਾਕਟਰੀ ਬਾਰੇ ਮੈਂ ਗੱਲ ਤਾਂ ਕਰਦਾ, ਇੱਥੋਂ ਸ਼ੁਰੂ ਕਰਦਾ ਕਿ ਡਾਕਟਰ ਕਿਸੇ ਦੋਸਤ ਦੁਸ਼ਮਣ ਨਹੀਂ ਹੁੰਦੇ, ਇਹ ਮੈਂ ਨਹੀਂ ਕਿਹਾ, ਇਹ ਸ਼੍ਰੀ ਰਾਮ ਚੰਦਰ ਜੀ ਨੇ ਕਿਹਾ ਸੀ।
ਜਾਂ ਲਕਸ਼ਮਣ ਮੂਰਛਾ ਹੋ ਗਈ ਤਾਂ ਉਹਨਾਂ ਨੇ ਪੁੱਛਿਆ ਵੀ ਕੋਈ ਦੱਸੋ ਚੰਗਾ ਵੈਦ। ਉਹ ਕਹਿੰਦੇ ਜੀ ਵੈਦ ਤਾਂ ਹੈ ਪਰ ਉਹ ਤਾਂ ਦੁਸ਼ਮਣ ਦੇ ਰਾਜ ਦਾ ਵੈਦ ਹੈ। ਉਹ ਕਹਿੰਦੇ ਕੋਈ ਗੱਲ ਨਹੀਂ ਬੁਲਾਓ ਉਹ ਆ ਜਾਏਗਾ। ਉਹ ਗਏ ਆ ਗਿਆ ਵੈਦ ਅਤੇ ਇਲਾਜ ਕਰ ਦਿੱਤਾ। ਫਿਰ ਰਾਮ ਜੀ ਨੂੰ ਪੁੱਛਿਆ ਵੀ ਇਹ ਤੁਹਾਨੂੰ ਕਿਵੇਂ ਤੁਸੀਂ ਕਿਹਾ ਵੀ ਜ਼ਰੂਰ ਆਏਗਾ। ਕਹਿੰਦੇ ਇੱਕ ਵੈਦ ਇੱਕ ਗੁਰੂ ਕਿਸੇ ਦੁਸ਼ਮਣ ਨਹੀਂ ਹੋ ਸਕਦੇ, ਉਹ ਕੇਵਲ ਦੋਸਤ ਹੁੰਦੇ ਨੇ। ਅਤੇ ਮੈਂ ਉਸ ਕਿੱਤੇ 'ਚ ਹਾਂ ਜਿੱਥੇ ਮੈਂ ਵੈਦ ਵੀ ਹਾਂ ਅਤੇ ਗੁਰੂ ਵੀ ਹਾਂ, ਕਿਉਂਕਿ ਅਸੀਂ ਪੜ੍ਹਾਉਂਦੇ ਵੀ ਹਾਂ ਅਤੇ ਅਸੀਂ ਇਲਾਜ ਵੀ ਕਰਦੇ ਹਾਂ। ਸੋ ਮੈਂ ਆਪਣੇ ਸਟੂਡੈਂਟ ਨੂੰ ਕਹਿੰਦਾ ਸੀ ਵੀ ਆਪਣੇ ਇੱਥੇ ਤਾਂ ਸ਼੍ਰੀ ਰਾਮ ਜੀ ਡਬਲ ਜ਼ਿੰਮੇਵਾਰੀ ਲਾ ਗਏ, ਕੋਈ ਇੱਕ ਵੈਦ ਹੈ ਇੱਕ ਗੁਰੂ ਹੈ, ਅੱਜ ਤਾਂ ਦੋਨੇ ਆ, ਅੱਜ ਤਾਂ ਕਿਸੇ ਬਿਲਕੁਲ ਹੀ ਦੁਸ਼ਮਣ ਨਹੀਂ ਹੋ ਸਕਦੇ। ਅਤੇ ਇਸੇ ਕਰਕੇ ਚਾਹੇ ਸਮਾਜ 'ਚ ਬਹੁਤ ਨੈਗੇਟਿਵ ਆ ਰਿਹਾ, ਨਾ ਪੱਖੀ ਆ ਰਿਹਾ, ਪਰ ਇਸ ਦੇ ਬਾਵਜੂਦ ਮੈਨੂੰ ਪਤਾ ਹੈ ਕਿਉਂਕਿ ਮੈਂ ਸਾਰੀ ਉਮਰ ਇਸ ਕਿੱਤੇ 'ਚ ਕੰਮ ਕਰਿਆ, ਸਰਕਾਰੀ ਨੌਕਰੀ 'ਚ ਕਰਿਆ, ਕਿ ਸਾਡੇ ਕੋਲ ਨਾ ਤਾਂ ਕੋਈ ਸਿਕਿਉਰਿਟੀ ਹੁੰਦੀ ਹੈ, ਨਾ ਕਦੇ ਅਸੀਂ ਸੋਚਿਆ ਵੀ ਸਾਨੂੰ ਕੋਈ ਬਹੁਤ ਵੱਡੀ ਸਿਕਿਉਰਿਟੀ ਚਾਹੀਦੀ। ਸੋਚਦਾ ਨਹੀਂ ਮਰੀਜ਼ ਇੱਦਾਂ ਨਹੀਂ ਕਰਦੇ ਹੁੰਦੇ ਕਿਤੇ ਕਿਤੇ, ਹੁਣ ਤਾਂ ਚਲੋ ਇਹ ਤਾਂ ਇਹ ਇਲਾਜ ਦੇ ਬਾਰੇ, ਮਰੀਜ਼ ਸੀਰੀਅਸ ਹੈ ਉਹ ਮਰ ਗਿਆ ਉਹ ਤੋੜ ਦਿੰਦੇ, ਹਸਪਤਾਲਾਂ ਨੂੰ ਤੋੜ ਦਿੰਦੇ ਨੇ। ਜਿਸ ਪਾਸੇ ਨੂੰ ਅਸੀਂ ਲੋਕਾਂ ਦੀ ਮਾਨਸਿਕਤਾ ਕਰਤੀ ਉਹਦੇ ਉੱਤੇ ਜਿਸ ਤਰੀਕੇ ਨਾਲ ਲੋਕ ਕਰਨ ਫਿਰ ਹਾਂ ਪ੍ਰਤੀਕਿਰਿਆ ਕਰਨ ਲੱਗ ਗਏ, ਸਰਕਾਰਾਂ ਸਿਆਸਤ ਉਹਦੇ 'ਤੇ ਖੇਡਣ ਲੱਗ ਗਈਆਂ ਅਤੇ ਅਸਲੀ ਹੱਲ ਕਰਨ ਦੀ ਬਜਾਏ, ਤਾਂ ਮੈਨੂੰ ਲੱਗਦਾ ਵੀ ਸਾਡਾ ਸਮਾਜ ਕਿਸੇ ਨਾ ਪੱਖੀ ਪਾਸੇ ਜਾ ਰਿਹਾ। ਤੁਸੀਂ ਕਹਿ ਰਹੇ ਸੀ ਵੀ ਇੱਕ ਸੀਤਾ ਦੀ ਅਤੇ ਦ੍ਰੋਪਦੀ ਦੀ ਗੱਲ, ਕਿੰਨੀਆਂ ਸੀਤਾ ਅਤੇ ਦ੍ਰੋਪਦੀਆਂ ਨੇ ਮਣੀਪੁਰ 'ਚ ਜੋ ਹੋਇਆ ਸੀ ਉਹ ਘਟਨਾ ਦਾ ਅੰਜਾਮ ਇਹ ਪਾਸੇ ਆਉਣਾ ਹੀ ਆਉਣਾ ਸੀ, ਜੋ ਯੂਪੀ 'ਚ ਹੋਇਆ, ਜੋ ਉਨਾਓ 'ਚ ਹੋਇਆ ਅਤੇ ਹੁਣ ਇੱਕ ਬਿਹਾਰ 'ਚ ਵੀ ਦਲਿਤ ਲੜਕੀ ਦਾ ਰੇਪ ਹੋਇਆ। ਸੋ ਇਹ ਜਿਹੜੀਆਂ ਘਟਨਾਵਾਂ ਨੇ ਮੈਂ ਦੇਖ ਰਿਹਾ ਸੀ ਕਿ ਕਿੰਨੇ ਰੇਪ ਜਿਹੜੇ ਨੇ ਹਰ ਸਾਲ ਇੰਡੀਆ 'ਚ ਹੋ ਰਹੇ ਨੇ ਔਰ ਮਰਡਰ ਹੋ ਰਹੇ ਨੇ ਔਰਤਾਂ ਦੇ। ਸੋ ਇਹ ਜਿਹੜਾ ਵੂਮੈਨ ਪ੍ਰਤੀ ਔਰਤ ਦੇ ਵਿਰੁੱਧ ਜ਼ੁਲਮ ਹੈ ਉਹਦੇ ਉੱਤੇ ਅਸੀਂ ਲੋਕਾਂ ਦੀ ਮਾਨਸਿਕਤਾ, ਔਰਤ ਅਸੀਂ ਕਹਿੰਦੇ ਹਾਂ ਵੀ ਔਰਤ ਜਿਹੜੀ ਹੈ ਉਹ ਸਰਸਵਤੀ ਹੈ, ਔਰਤ ਦੁਰਗਾ ਹੈ, ਔਰਤ ਲਕਸ਼ਮੀ ਹੈ, ਯਾਨੀ ਕਿ ਧਨ ਦੀ ਦੇਵੀ ਹੈ, ਵਿੱਦਿਆ ਦੀ ਦੇਵੀ ਹੈ ਅਤੇ ਉਹ ਔਰਤ ਤਾਕਤ ਦੀ ਵੀ ਦੇਵੀ ਹੈ। ਪਰ ਅਸੀਂ ਉਸ ਔਰਤ ਦੀ ਪੂਜਾ ਨਹੀਂ ਕਰਦੇ, ਅਸੀਂ ਕੰਜਕਾਂ ਦੀ ਪੂਜਾ ਤਾਂ ਕਰਦੇ ਹਾਂ, ਅਸੀਂ ਕੰਜਕਾਂ ਦੀ ਪੂਜਾ ਦੇ ਨਾਂ 'ਤੇ ਔਰਤ ਦੇ ਨਾਲ ਫਿਰ ਵੀ ਜ਼ੁਲਮ ਕਰਦੇ ਹਾਂ। ਸੋ ਮੈਨੂੰ ਐਂ ਲੱਗਦਾ ਕਿਤੇ ਨਾ ਕਿਤੇ ਸਾਨੂੰ ਇਹ ਮਾਨਸਿਕਤਾ ਨੂੰ ਬਦਲਣਾ ਪਏਗਾ। ਇੱਕ ਇੱਕ ਘਟਨਾ ਦੇ ਉੱਤੇ ਕਿਤੇ ਹੋ ਜਾਂਦਾ, ਦਿੱਲੀ 'ਚ ਨਿਰਭਯਾ ਕਾਂਡ ਹੋਇਆ, ਉਸ ਤੋਂ ਬਾਅਦ ਨਿਰਭਯਾ ਕਾਂਡ ਤੋਂ ਬਾਅਦ ਹੀ ਸੀ ਕਿ ਇੱਕ ਵੈਟਰਨਰੀ ਸਰਜਨ ਦੀ ਜਿਹੜੀ ਰੇਪ ਕਰਕੇ ਮੌਤ ਕਰੀ ਗਈ, ਮਾਰਿਆ ਗਿਆ, ਉਹ ਗੱਲ ਵੱਖਰੀ ਆ। ਉਦੋਂ ਬਾਅਦ ਚਾਰ ਬੰਦਿਆਂ ਨੂੰ ਗੋਲੀਆਂ ਮਾਰਤੀਆਂ ਅਤੇ ਕਹਿ ਤਾ ਵੀ ਅਸੀਂ ਫੜ ਕੇ ਇਹ ਭੱਜ ਰਹੇ ਸੀ, ਅਸੀਂ ਮਾਰਤੇ। ਇਹ ਹੱਲ ਨਹੀਂ ਹੈ ਸਮਾਜ ਦਾ, ਸਮਾਜ ਦੇ ਵਿੱਚ ਹੱਲ ਸਮਾਜ ਨੂੰ ਚੰਗਾ ਬਣਾਉਣਾ, ਸਮਾਜ 'ਚ ਹੱਲ ਕ੍ਰਾਈਮ ਜਿਹੜਾ ਜ਼ੁਲਮ ਹੈ ਉਹਨੂੰ ਨਾ ਕਦੇ ਪੁਲਿਸ ਨੇ ਰੋਕਿਆ, ਅੱਜ ਤੱਕ ਪੂਰੇ ਇਤਿਹਾਸ 'ਚ ਹੈ, ਉਹ ਕਿਸੇ ਇੱਕ ਵਿਅਕਤੀ ਦੀ ਜ਼ੁਲਮ ਰੋਕ ਸਕਦੀ ਹੈ, ਇੱਕ ਨੂੰ ਸਜ਼ਾ ਦੇ ਸਕਦੀਆਂ ਨੇ ਅਦਾਲਤਾਂ, ਪਰ ਜ਼ੁਲਮ ਨੂੰ ਸਮਾਜ ਰੋਕਦਾ। ਜੇ ਸਮਾਜ 'ਚ ਤੁਸੀਂ ਮਾਨਸਿਕਤਾ ਤਾਂ ਰੋਜ਼ ਇਹ ਕਰਦੇ ਹੋ ਵੀ ਆਹ ਬੰਦਾ ਮਾੜਾ ਉਹ ਮਾੜਾ, ਜੇ ਧਰਮ ਥੋੜ੍ਹਾ ਵੱਖਰਾ ਤਾਂ ਮਾੜਾ, ਜੇ ਜਾਤ ਵੱਖਰੀ ਹੈ ਤਾਂ ਮਾੜਾ, ਫਿਰ ਅੱਗੇ ਇਹੀ ਨਹੀਂ ਹੈ। ਧਰਮ ਜਦ ਜਾਤ ਵੱਖਰੀ ਉਹਦੇ ਉੱਤੇ ਸਜ਼ਾ ਉਹਨਾਂ ਦੀਆਂ ਔਰਤਾਂ ਨੂੰ ਦਿੱਤੀ ਜਾ ਰਹੀ ਹੈ। ਜਦ ਮਾਨਸਿਕਤਾ ਤੁਸੀਂ ਹਰੇਕ ਫਿਰਕੇ ਦੀ, ਹਰੇਕ ਧਰਮ ਦੀ, ਹਰੇਕ ਜਾਤ ਦੀ ਇਹ ਬਣਾ ਦਿੱਤੀ ਕਿ ਜਦ ਵੀ ਤੁਹਾਡੀ ਆਪਸ ਵਿੱਚ ਲੜਾਈ ਹੈ ਉਦੋਂ ਔਰਤ ਨੂੰ ਸਜ਼ਾ ਦੇਣੀ ਹੈ, ਰੇਪ ਕਰਨਾ ਹੈ, ਹੋਰ ਕਰਨਾ, ਉਹਦੇ ਉੱਤੇ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਸਾਨੂੰ ਮਾਨਸਿਕਤਾ ਬਦਲਣ ਦੀ ਲੋੜ ਹੈ। ਮੈਂ ਇੱਕ ਬਦਲੀ ਹੋਈ ਮਾਨਸਿਕਤਾ ਦੀ ਉਦਾਹਰਣ ਦਊਂਗਾ ਤਾਂ ਕਿ ਸਾਡੇ ਦਰਸ਼ਕਾਂ ਵਾਸਤੇ ਅਸੀਂ ਪ੍ਰੋਗਰਾਮ ਜੋ ਕਰ ਰਹੇ ਹਾਂ ਇਸ ਵਾਸਤੇ ਇਹ ਵੀ ਕੋਈ ਸੋਚਣ। ਉਹ ਜਦ ਹੱਲੇ ਪਏ ਨੇ 1947 'ਚ, ਉਸ ਵਕਤ ਕੁਛ ਸਿੱਖਾਂ ਨੇ ਕੁਛ ਮੁਸਲਮਾਨ ਔਰਤਾਂ ਨੂੰ ਨਿਰਵਸਤਰ ਕਰਕੇ
ਅੰਮ੍ਰਿਤਸਰ 'ਚ ਇੱਕ ਹਾਲ ਗੇਟ ਹੈ, ਉਹਦੇ ਅੰਦਰ ਹਾਲ ਬਾਜ਼ਾਰ ਹੈ, ਉਹਦੇ ਅੰਦਰ ਕੁਤਵਾਲੀ ਹੈ, ਅੱਗੇ ਜੰਡਿਆਣਾ ਬਾਗ ਹੈ, ਅੱਗੇ ਦਰਬਾਰ ਸਾਹਿਬ ਹੈ, ਉੱਥੇ ਉਹਨਾਂ ਨੂੰ ਨਿਰਵਸਤ ਕਰਕੇ ਘੁੰਮਾ ਰਹੇ ਸੀ ਅਤੇ ਦੋ ਸਿੰਘਣੀਆਂ ਅੰਮ੍ਰਿਤਧਾਰੀ ਆ ਗਈਆਂ। ਮੈਂ ਕਿਹਾ ਇਹਨਾਂ ਦੇ ਵਸਤਰ ਪਹਿਨਾਓ, ਨਹੀਂ ਤਾਂ ਅਸੀਂ ਵੀ ਨਿਰਵਸਤਰ ਹੋ ਕੇ ਨਾਲ ਚੱਲਾਂਗੀਆਂ। ਉਹਨਾਂ ਸਭ ਦੇ ਵਸਤਰ ਪਹਿਨਾਏ ਗਏ। ਉਹੀ ਜੇ ਆਵਾਜ਼ ਦੀ ਲੋੜ ਹੈ, ਜੇ ਕੋਈ ਗਲਤੀ ਕਰਦਾ ਵੀ ਹੈ ਉਹਦੇ ਵਿਰੁੱਧ ਮੋਰਲ ਆਵਾਜ਼ ਦੀ ਲੋੜ ਹੈ। ਮੈਂ ਮੋਰਲ ਲੋਕਾਂ 'ਚ ਦੇਖੀ ਹੈ, ਮੈਂ ਸਿਆਸਤਦਾਨਾਂ 'ਚ ਦੇਖੀ ਹੈ, ਮੈਂ ਦੋ ਫਰੀਕਾਂ ਨੂੰ ਡਰਦੇ ਖੜ੍ਹੇ ਦੇਖਿਆ ਗੁਰਦਾਸਪੁਰ ਦੇ ਵਿੱਚ, ਦੋਨੇ ਆਇਆ ਬਿਲਕੁਲ ਇੱਕ ਦੂਜੇ ਮਾਰਨ ਤਿਆਰ ਨੇ, ਇੱਕ ਸਿਆਸਤਦਾਨ ਵਿਚਾਲੇ ਖੜ੍ਹ ਗਿਆ, ਪਹਿਲਾਂ ਮੈਨੂੰ ਮਾਰੋਗੇ ਫਿਰ ਭਰਾ ਲੜੋਗੇ ਆਪਸ ਵਿੱਚ, ਚੁੱਪ ਕਰ ਗਏ ਸਭ ਡਾਕੂ ਛਵੀਆਂ ਸਾਡੇ ਚੱਲੀ। ਇਹ ਮਾਨਸਿਕਤਾ ਦਾ ਨਤੀਜਾ ਹੈ, ਇਹ ਮਾਨਸਿਕਤਾ ਤੁਸੀਂ ਸਮਾਜ ਦੇ ਵਿੱਚ ਇਹੀ ਜਿਹੀ ਸਿਰਜੀ ਜਾਂਦੇ ਹੋ ਵੀ ਤੁਸੀਂ ਬੰਦਾ ਬੰਦੇ ਨੂੰ ਘਿਰਨਾ ਕਰਨ ਦੀ ਮਾਨਸਿਕਤਾ ਬੁਲਾਉਂਦੇ ਹੋ, ਤਾਂ ਮਾਫ ਕਰਨਾ ਕਿਸੇ ਨੂੰ ਬੁਰਾ ਲੱਗੇਗਾ। ਜਦ ਸਾਰੇ ਸਿਆਸਤਦਾਨ ਇੱਕ ਦੂਜੇ ਨੂੰ ਮਿਹਣੇ ਦੇਣ ਵੇਲੇ ਮਾਨਸਿਕਤਾ ਇਹੀ ਜਿਹੀ ਨੀਵੀਂ ਲਿਆਉਂਦੇ ਨੇ, ਜਦ ਕੋਈ ਕਹੇ ਕਿਸੇ ਦੇ ਕੱਪੜੇ ਦੇਖ ਕੇ ਉਸਦਾ, ਕੋਈ ਕਹੇ ਮੀਟ ਖਾਂਦੇ ਨੇ ਗਊ ਦਾ ਮੀਟ ਫਲਾਂ ਨਾ ਖਾਂਦੇ ਨੇ, ਇਹ ਕਰ ਜਦ ਤੁਸੀਂ ਬੰਦਿਆਂ ਦੇ ਆਚਾਰ ਵਿਚਾਰ ਦੇ ਉੱਤੇ ਵਿਰੋਧ ਤਾਂ ਹੋਰ ਗੱਲ ਹੈ, ਵਿਰੋਧ ਤਾਂ ਸਿਆਸੀ ਕਰੋ। ਤੁਸੀਂ ਕਹੋ ਜੀ ਇਹਨਾਂ ਨੇ ਆਹ ਵਿਕਾਸ ਨਹੀਂ ਕਰਿਆ, ਇਹਨਾਂ ਨੇ ਆਹ ਕਰਜ਼ਾ ਚੜਾਤਾ, ਇਹਨਾਂ ਨੇ ਸਿੱਖਿਆ ਚੰਗੀ ਨਹੀਂ ਦਿੱਤੀ, ਇਹਨਾਂ ਨੇ ਸਿਹਤ ਨਹੀਂ ਦਿੱਤੀ। ਤੁਸੀਂ ਇੱਕ ਇੱਕ ਚੀਜ਼ ਨੂੰ ਲੈ ਕੇ ਜਦ ਇਹੋ ਜਿਹੀ ਮਾਨਸਿਕਤਾ ਪੈਦਾ, ਇੱਕ ਤਾਂ ਇਹ ਮਾਨਸਿਕਤਾ ਦਾ ਸਵਾਲ ਹੈ, ਦੂਜਾ ਸਵਾਲ ਹੈ ਪ੍ਰਬੰਧ ਇੰਨਾ ਮਾੜਾ ਹੈ ਮੈਡੀਕਲ ਦਾ। ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ ਹੈ, ਜਿਹੜੇ ਮੈਡੀਕਲ ਪ੍ਰਬੰਧ 'ਚ 23 ਲੱਖ ਬੱਚੇ ਦਾ ਕੈਰੀਅਰ ਰੋੜਿਆ ਜਾਂਦਾ ਹੈ, ਜਿੱਥੇ ਸੁਪਰੀਮ ਕੋਰਟ ਵੀ ਕੁਛ ਨਹੀਂ ਕਹਿੰਦੀ, ਸੁਪਰੀਮ ਕੋਰਟ ਇਹ ਵੀ ਕਹਿਣ ਨੂੰ ਤਿਆਰ ਨਹੀਂ ਹੈ ਭਾਰਤ ਦੀ ਕਿ ਹਾਂ ਜਿਹੜਾ ਅਸੀਂ ਫੈਸਲਾ ਕਰਾਂਗੇ ਜੋ ਜੋ ਉਹ NTA ਕਰਦੀ ਜਾਏਗੀ ਉਹਦੇ 'ਤੇ ਲਾਗੂ ਹੋਏਗਾ। ਉਹ ਕਹਿੰਦੇ ਨਹੀਂ ਨਹੀਂ ਉਹ ਇਹਦਾ ਮਤਲਬ ਕਰ ਦਿਉ ਜੋ ਕਰਨਾ, ਪੇਪਰ ਲੀਕ ਆਦਾ। ਇਸ ਤਰ੍ਹਾਂ ਹੀ ਸਰਕਾਰਾਂ, ਸਰਕਾਰ ਨੇ ਫੈਸਲਾ ਕਰਿਆ, ਇਹ ਕੁੜੀ MD ਕਰਦੀ ਸੀ ਜਿਹੜੀ ਵਿਕਟਮ ਹੈ, MD 'ਚ ਦਾਖਲੇ ਵਾਸਤੇ ਪਿਛਲੇ ਸਾਲ ਸਰਕਾਰ ਨੇ ਕਿਹਾ ਜਿਹਨੇ 0 ਨੰਬਰ ਵੀ ਨਹੀਂ ਲਿਆ, ਜਿਹਦਾ 0 ਨੰਬਰ ਵੀ ਨਹੀਂ ਆਇਆ, 0 ਤੋਂ ਵੀ ਘੱਟ ਹੈ, ਉਹਨੂੰ MD MS 'ਚ ਦਾਖਲਾ ਦੇ ਦਿਉ। ਜੇ ਤੁਸੀਂ ਇਹੋ ਜਿਹੇ ਡਾਕਟਰ ਭਰਤੀ ਕਰੋਗੇ, ਇਹੋ ਜਿਹੀ ਤੁਹਾਡੀ ਮਾਨਸਿਕਤਾ ਹੋਏਗੀ, ਕਿਉਂਕਿ ਮਾਨਸਿਕਤਾ ਸਾਰੇ ਕਾਸੇ ਵਿੱਚੋਂ ਹੀ ਆਉਂਦੀ ਹੈ ਨਾ। ਇੱਕ ਬੱਚੇ ਮੈਰਿਟ 'ਤੇ ਆਏ ਹੋਏ ਨੇ, ਇੱਕ ਬੱਚੇ ਨੋਨ ਮੈਰਿਟ 'ਤੇ ਆਏ ਨੇ, ਜਿਹੜੇ ਨੋਨ ਮੈਰਿਟ 'ਤੇ ਆਏ ਨੇ ਉਹਨਾਂ ਨੇ ਉੱਥੇ ਵੀ ਧੱਕੇ ਧੋਲੇ ਨਾਲ ਕੋਈ 2 ਨੰਬਰ ਦਾ ਕੰਮ ਕਰਕੇ ਪਾਸ ਹੋਣ ਦੀ ਕੋਸ਼ਿਸ਼ ਕਰਨੀ ਹੈ, ਉਹਦੇ ਵਿੱਚ ਫਿਰ ਉਹ ਇਹੋ ਜਿਹੇ ਆਲੇ ਦੁਆਲਿਆਂ ਨਾਲ ਕੋਈ ਦੋਸਤੀਆਂ ਵੀ ਪਾ ਸਕਦੇ, ਕੋਈ ਵੱਡੀ ਗੱਲ ਨਹੀਂ। ਕਿਉਂਕਿ ਇਹਦੇ ਬਾਰੇ ਕਈ ਗੱਲਾਂ ਇਹ ਵੀ ਆ ਰਹੀਆਂ ਨੇ ਇਸ ਕੇਸ 'ਚ ਵੀ ਕੋਈ ਇੰਟਰਨ ਨਾਲ ਇਹਦਾ ਝਗੜਾ ਹੋਇਆ ਮਾੜਾ ਮੋਟਾ, ਉਹ ਇੰਟਰਨ ਨੇ ਕਿਤੇ ਕਰਿਆ ਹੋਵੇ, ਕਿੰਨੀ ਗੱਲ ਸੱਚ ਆ ਕਿੰਨੀ ਝੂਠ ਆ ਪੁਲਿਸ ਦੇਖੇਗੀ। ਪਰ ਇਹ ਗੱਲ ਵੱਡੀ ਗੱਲ ਨਹੀਂ ਹੈ ਅੱਜ ਕੱਲ੍ਹ ਕਿ ਤੁਸੀਂ ਉਹ ਜਿਹੜਾ ਬੰਦਾ ਉਹਦਾ ਜਿਹਨੇ ਜਿਹਦੇ ਉੱਤੇ ਰੇਪ ਦਾ ਉਹਨੂੰ ਜਾਂਦੇ ਦੇਖਿਆ। ਹੁਣ ਤੁਸੀਂ ਦੇਖੋ, ਇੱਕ ਤਾਂ ਜਿਹਨੂੰ ਹਸਪਤਾਲ ਦੇ ਅੰਦਰ ਉਹਦੇ ਕਮਰੇ ਅੰਦਰ ਜਾਂਦੇ ਦੇਖ ਲਿਆ, ਫਿਰ ਬਾਹਰ ਨਿਕਲਦੇ ਦੇਖ ਲਿਆ, ਫਿਰ ਉਹਦਾ ਉੱਥੋਂ ਫੋਨ ਮਿਲ ਗਿਆ, ਉਹ ਸਾਰਾ ਕੁਛ ਮਿਲਣ ਦੇ ਬਾਵਜੂਦ ਸਟੋਰੀ ਇਹ ਪਲਾਂਟ ਕਰਦੇ ਹੋ ਵੀ ਫਲਾਣੇ ਇੰਨੇ ਜੂਨੀਅਰ ਡਾਕਟਰ ਸੀ, ਇੰਨੇ ਸੀ। ਪੁਲਿਸ ਇਹ ਕਹਿੰਦੀ ਹੈ ਵੀ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਵੀ ਸੀਮਨ, ਉਹਨੇ ਆਖਿਆ ਵੀ ਇੰਨੇ ਮਿਲੀਗ੍ਰਾਮ ਸੀਮਨ ਮਿਲਿਆ, ਅਤੇ ਜੇ 150 ਮਿਲੀਗ੍ਰਾਮ ਸੀਮਨ ਹੋਏਗਾ ਤਾਂ ਉਸਦਾ ਅੰਦਾਜ਼ਾ ਲੱਗ ਜਾਂਦਾ ਵੀ ਬਹੁਤ ਕੁਆਂਟਿਟੀ ਬਹੁਤ ਜ਼ਿਆਦਾ। ਅਤੇ ਡਾਕਟਰੀ, ਕਿਉਂਕਿ ਪੁਲਿਸ ਵਾਲਿਆਂ ਨੂੰ ਕਿਹੜਾ ਡਾਕਟਰੀ ਪਤਾ, ਪੁਲਿਸ ਵਾਲੇ ਤਾਂ ਰੋਜ਼ ਇਹੀ ਸਾਹੀ ਸਫੇਦੀ ਕਰਦੇ ਨੇ। ਪੁਲਿਸ ਦੇ ਬਿਆਨ ਤਾਂ ਮੈਨੂੰ ਕੋਈ ਅਫਸੋਸ ਨਹੀਂ ਹੈ, ਕਿਉਂਕਿ ਮੈਂ ਪੁਲਿਸ ਨਾਲ ਜਿੰਨਾ ਮੇਰਾ ਵਾਹ ਪਿਆ ਹੈ, ਪੁਲਿਸ ਨੇ ਕਦੇ ਇਨਸਾਫ ਦੀ ਗੱਲ ਨਹੀਂ ਕਰੀ, ਸਵਾਏ ਇੱਕ ਵਿਅਕਤੀ ਚੰਗੇ ਮੈਂ ਦੇਖੇ ਨੇ, ਬਾਕੀ ਮੈਂ ਪੁਲਿਸ ਵਾਲਿਆਂ ਦੇ ਕਦੇ ਐਜ ਏ ਇੰਸਟੀਟਿਊਸ਼ਨ ਸੰਸਥਾ ਦੇ ਤੌਰ 'ਤੇ ਮੈਂ ਕਦੇ ਪੁਲਿਸ ਨੂੰ ਨਹੀਂ ਦੇਖਿਆ ਵੀ ਉਹ ਪੀੜਤ ਦੇ ਨਾਲ ਖੜਨ ਇੱਕ ਵੀ ਵਾਰੀ। ਪਰ ਮੈਨੂੰ ਅਫਸੋਸ ਹੈ ਡਾਕਟਰ 'ਤੇ, ਉਸ ਸਹਾਇਕ ਮੈਡੀਕਲ ਸੁਪਰਡੈਂਟ 'ਤੇ ਜਿਹਨੇ 7:30 ਵਜੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਵਾਕਾ ਹੋਇਆ ਕੋਈ,
ਅਤੇ 10:30 ਉਹਨਾਂ ਦੇ ਘਰ ਫੋਨ ਕਰਕੇ ਕਹਿੰਦਾ ਵੀ ਤੁਹਾਡੀ ਕੁੜੀ ਨੇ ਸੁਈਸਾਈਡ ਖੁਦਕੁਸ਼ੀ ਕਰ ਲਈ। ਮੈਂ ਨਾ ਕੁੜੀ ਨੂੰ ਜਾਣਦਾ, ਨਾ ਮੈਂ ਕੁੜੀ ਦੇਖੀ ਹੈ, ਨਾ ਮੈਂ ਪੋਸਟਮਾਰਟਮ ਰਿਪੋਰਟ ਪੜ੍ਹੀ ਹੈ। ਜਿੰਨੇ ਉਹਦੀਆਂ ਇੰਜਰੀ ਦਾ ਬਿਆਨ ਅਖਬਾਰ 'ਚ ਆਇਆ, ਮੀਡੀਆ 'ਚ ਆਇਆ, ਉਹ ਕਿਉਂਕਿ ਉਹ ਤਾਂ ਉਹ ਇੰਜਰੀ ਦਾ ਬਿਆਨ ਵੀ ਮੈਂ ਇੱਕ ਤਾਂ ਹੁੰਦਾ ਨਾ, ਊਈਂ ਵੀ ਐਂ ਹੋ ਗਿਆ, ਹੋਊ ਜੀ ਫਲਾਣਾ, ਉਹ ਸੱਟਾਂ ਜਿਹੀਆਂ ਨੇ ਜਿਹੜੀਆਂ ਅਖਬਾਰ ਵਾਲਾ ਉੱਦਾਂ ਹੀ ਨਹੀਂ ਲਿਖ ਸਕਦਾ। ਕੁਛ ਹੁੰਦੇ ਨੇ ਕਿਆ ਸਰਾਈਆਂ, ਉਹ ਕਿਆ ਸਰਾਈਆਂ ਨਹੀਂ ਹੋ ਸਕਦੀਆਂ। ਉਹ ਦੇਖ ਕੇ ਜੋ ਕੁਛ ਹੈਗਾ, ਜਿਹੜੇ ਡਾਕਟਰ ਨੇ ਇਹਨੂੰ ਸੁਈਸਾਈਡ ਕਿਹਾ, ਵੈਸੇ ਕਹਿਣਾ ਬਹੁਤ ਔਖਾ ਲੱਗਦਾ, ਪਹਿਲਾਂ ਤਾਂ ਇਹਦਾ ਮਤਲਬ ਲੜਿਆ ਹੋਇਆ। ਜਿਹੜਾ ਅਸਿਸਟੈਂਟ ਮੈਡੀਕਲ ਸੁਪਰਡੈਂਟ ਹੈ ਉਹ ਘਰਦਿਆਂ ਨੂੰ ਫੋਨ ਕਰਦਾ ਕਿ ਵੀ ਇਹ ਖੁਦਕੁਸ਼ੀ ਹੋਈ ਹੈ, ਜਿਹੜਾ 3 ਘੰਟੇ ਬਾਅਦ ਵੀ ਖੁਦਕੁਸ਼ੀ ਕਹਿ ਰਿਹਾ, ਇਹਦਾ ਮਤਲਬ ਕਿਤੇ ਨਾ ਕਿਤੇ ਉਹਦਾ ਉਹ ਹੈ, ਜਾਂ ਉਹ ਇੰਨਾ ਲੜਾਇਆ ਕਿ ਉਹਨੂੰ ਡਾਕਟਰ ਰਹਿਣ ਦਾ ਕੋਈ ਅਧਿਕਾਰ ਹੀ ਨਹੀਂ ਹੈ। ਡਾਕਟਰ ਮੁਰਦਿਆਂ ਨੂੰ ਬੋਲਣਾ ਸੀ, ਅਸੀਂ ਪੜ੍ਹਾਉਂਦੇ ਹਾਂ ਵੀ ਡਾਕਟਰ ਮੁਰਦਿਆਂ ਨੂੰ ਬੋਲਣ ਲਾਉਂਦੇ ਨੇ। ਇਹ ਤੁਸੀਂ ਬੜੀ ਇੰਪੋਰਟੈਂਟ ਗੱਲ, ਜਦੋਂ ਮੈਂ ਆਇਆ ਤੁਸੀਂ ਇਹ ਗੱਲ 'ਤੇ ਬੜਾ ਜ਼ੋਰ ਦੇ ਕੇ ਕਹਿ ਰਹੇ ਵੀ ਡਾਕਟਰ ਤਾਂ ਮੁਰਦਿਆਂ ਨੂੰ ਬੋਲਣ ਲਾ ਦਿੰਦੇ, ਇਹ ਤਾਂ ਇਸ ਕੇਸ ਨਾਲ ਕਿਸ ਤਰੀਕੇ ਨਾਲ ਇਸ ਸਿੱਧੇ ਸੰਬੰਧ ਮੈਂ ਇਹੀ ਕਹਿਣਾ ਵੀ ਉਹਦੀ ਇੰਜਰੀ ਦੇਖ ਕੇ ਪਤਾ ਲੱਗਦਾ ਹੈ ਵੀ ਇਹ ਇਹ ਆਪੇ ਮਤਲਬ ਖੁਦਕੁਸ਼ੀ ਨਹੀਂ ਆ। ਪਹਿਲੀ ਗੱਲ ਕੋਈ ਕਹਿੰਦਾ ਇਹ ਖੁਦਕੁਸ਼ੀ ਹੋ, ਇਹ ਖੁਦਕੁਸ਼ੀ ਨਹੀਂ ਹੈ। 3 ਘੰਟੇ ਬਾਅਦ ਮੈਡੀਕਲ ਅਸਿਸਟੈਂਟ ਮੈਡੀਕਲ ਸੁਪਰਡੈਂਟ ਫੋਨ ਕਰਦੇ ਹੋਏ ਖੁਦਕੁਸ਼ੀ ਹੈ, ਇਹਦਾ ਮਤਲਬ ਜਾਣ ਕੇ ਖੜੇ ਹੋਏ ਆ, ਗੜਬੜ ਹੈ ਉਹਦੀ। ਜੇ ਡਾਕਟਰ ਨੂੰ ਇਹ ਨਹੀਂ ਪਤਾ ਲੱਗੂਗਾ ਤਾਂ ਹੋਰ ਦੂਜੇ ਨੂੰ ਕੀ ਪਤਾ ਲੱਗੂ। ਮੈਂ ਛੋਟੀਆਂ ਛੋਟੀਆਂ 2 ਉਦਾਹਰਨਾਂ ਦਿੰਦਾ ਵੀ ਜਿਹੜਾ ਕਹਿੰਦੇ ਨਾ ਕਿਵੇਂ ਪਤਾ ਲੱਗਦਾ। ਮੇਰੇ ਕੋਲ ਇੱਕ ਡਾਕਟਰ ਆਇਆ, ਮੈਨੂੰ ਕਹਿੰਦਾ ਜੀ ਮੈਨੂੰ ਸਸਪੈਂਡ ਕਰਤਾ ਸੀ, ਮੈਨੂੰ ਬਹਾਲ ਨਹੀਂ ਕਰ ਰਹੇ। ਮੈਂ ਲੀਡਰ ਸੀ, ਮੈਂ ਵੈਸੇ ਮੇਰੇ ਕੋਲ ਆਉਣ ਦੀ ਜ਼ਰੂਰਤ ਨਹੀਂ ਕਰਦਾ ਸੀ, ਪਤਾ ਨਹੀਂ ਕਿਸੇ ਨੇ ਕਿਹਾ ਕਿ ਵੀ ਨਹੀਂ ਨਹੀਂ ਕਿ ਵੀ ਤੇਰਾ ਕਾਗਜ਼ ਠੀਕ ਹੈ, ਉਹਦੇ ਹੱਕ 'ਚ ਗਵਾਹੀ ਸੀ। ਜਦ ਮੈਂ ਉਹਦੀ ਕਹਾਣੀ ਸੁਣੀ, ਮੈਂ ਖੜਾ ਹੋਏ, ਮੈਂ ਐਂ ਬੋਲਣਾ ਫਿਰ ਮੈਂ ਖੜਾ ਹੋ ਤਾਂ ਪੈਸੇ ਮੰਗੇ ਨੇ। ਉਹ 'ਚ ਕਹਾਣੀ ਇਹ ਸੀ ਵੀ ਇੱਕ ਔਰਤ ਦਾ ਘਰ ਵਾਲਾ ਬਿਮਾਰ ਹੋ ਗਿਆ, ਪਿੰਡ ਦੀ ਡਿਸਪੈਂਸਰੀ ਉਹ ਪਹਿਲਾਂ ਕਾਫੀ ਦੇਰ ਤੋਂ ਇਲਾਜ ਕਰਾ ਰਹੇ ਸੀ, ਉੱਥੋਂ ਉਹ ਹੈਲਥ ਸੈਂਟਰ ਜਾਂਦੇ ਨੇ, ਹੈਲਥ ਸੈਂਟਰ ਦੇ ਵਿੱਚ ਡਾਕਟਰ ਹੈ ਨਹੀਂ, ਉੱਥੋਂ ਉਹ ਆਪਦੀ ਪ੍ਰਾਈਵੇਟ ਕਾਰ ਕਰਕੇ ਕੋਈ ਐਂਬੂਲੈਂਸ ਨਹੀਂ ਹੈ, ਉਹ ਅਗਲੇ ਮੈਡੀਕਲ ਕਾਲਜ ਦੇ ਹਸਪਤਾਲ ਚਲੇ ਜਾਂਦੇ ਨੇ, ਉੱਥੇ ਉਹਦਾ ਇਲਾਜ ਹੁੰਦਾ, 3 ਘੰਟੇ ਬਾਅਦ ਉਹਦੀ ਮੌਤ ਹੋ ਜਾਂਦੀ ਹੈ। ਉਹਦੀ ਸ਼ਿਕਾਇਤ ਇਹ ਸੀ ਕਿ ਜੀ ਇਹਨੇ ਦਾਸ ਚੁੱਕਣ ਵਾਸਤੇ ਕਿਹਾ ਵੀ ਜਾਂ ਤਾਂ ਪੈਸੇ ਦਿਓ, ਨਹੀਂ ਤਾਂ ਮੈਂ ਲਿਖੂੰਗਾ ਵੀ ਤੁਸੀਂ ਤਾਂ ਮਾਰਿਆ ਆਪ। ਉਹ ਘਰ ਵਾਲੀ ਕਹੇ ਵੀ ਮੇਰੇ ਕੋਲ ਆਹ ਪਰਚੀ ਹੈ, ਇਹ ਤਾਂ ਬਿਮਾਰ ਸੀ। ਫਿਰ ਘਰ ਵਾਲੀ ਨੇ ਉਹ ਡਾਕਟਰ ਤੋਂ ਫੋਨ, ਉਹ ਜਿਹੜਾ ਡਿਸਪੈਂਸਰੀ ਡਾਕਟਰ ਗਿਆ ਉਹ ਵੀ ਉਸੇ ਸ਼ਹਿਰ 'ਚ ਰਹਿ ਰਿਹਾ ਸੀ, ਉਹ ਤੋਂ ਫੋਨ ਕਰਾਇਆ, ਫਿਰ ਨਹੀਂ ਮੰਨਿਆ। ਫਿਰ ਉਹਨੇ ਆਖਿਆ ਵੀ ਮੈਂ ਆਪਦੇ ਗਹਿਣੇ ਵੇਚੇ ਦੁਕਾਨ ਖੁਲਾ ਕੇ ਸੁਨਿਆਰੇ ਦੀ, ਅਤੇ ਮੈਂ ਤਾਂ ਪੈਸੇ ਦਿੱਤੇ ਨੇ। ਇਹੋ ਜਿਹੇ ਡਾਕਟਰ ਚਾਹੀਦੇ ਨੇ, ਕਿਸੇ 'ਚ ਹਿੰਮਤ ਹੋਵੇ ਉਹਨੂੰ ਕਹਿਣ ਦੀ। ਮੈਂ ਕਿਹਾ ਮੈਨੂੰ ਕਹਿੰਦਾ, ਮੈਂ ਕਿਹਾ ਤੈਨੂੰ, ਫਿਰ ਉਹ ਗਿਆ ਉਹ ਔਰਤ ਕੋਲ ਪੈਸੇ ਦੇਣ ਵੀ ਵਾਪਸ ਕਰਨ ਗਿਆ। ਉਹ ਕਹਿੰਦੇ ਜਾ ਡਾਕਟਰ ਤਾਂ ਸਾਡੇ ਨਾਲ ਮਾੜੀ ਕਰੀ, ਜਿੱਥੇ ਮੇਰੇ ਘਰ ਵਾਲਾ ਗਿਆ ਉੱਥੇ ਹੁਣ 3000 ਕੀ ਕਰਨਾ। ਉਹ ਮੈਂ ਕਿਹਾ ਉਹਦੀ ਫੋਟੋ ਲਾ ਲਾ। ਮੈਨੂੰ ਕਹਿੰਦਾ ਲਓ ਜੀ ਸ਼ੱਕੀ ਮੌਤ ਸੀ। ਮੈਂ ਕਿਹਾ ਤੂੰ ਐਮ ਡੀ ਕਰੀ ਹੋਈ ਹੈ? ਕਹਿੰਦਾ ਮੈਂ ਛੋਟੇ ਦੇ ਕੇ ਪਾਸ ਹੋਇਆ। ਪਰ ਆ ਹੁਣ ਜਦ ਮੈਂ ਦੇਖਦਾ ਵੀ ਇਹੋ ਜਿਹੇ ਤਾਂ ਸੱਚੇ ਹੀ ਇਹੋ ਜਿਹੇ ਕੰਮ ਕਰਨਗੇ। ਜਿਹੜੇ ਬੰਦੇ ਨੇ 0 ਨੰਬਰ ਨਹੀਂ ਲੈ ਸਕਦਾ ਉਹਨੂੰ ਤੁਸੀਂ ਐਮ ਡੀ ਕਰਾਉਂਦੇ ਹੋ, ਤਾਂ ਵਾਕਈ ਛੋਟੇ ਦੇ ਕੇ ਪਾਸ ਹੋਣ ਵਾਲੀ ਗੱਲ ਹੋਈ। ਭਗਵਾਨ ਦਾ ਰੂਪ ਕਿਹਾ ਜਾਂਦਾ, ਇਹ ਦੋਨੇ ਭਗਵਾਨ ਕਿੱਥੋਂ ਰਹਿ ਗਿਆ? ਭਗਵਾਨ ਤਾਂ ਭਗਵਾਨ ਚਾਹੀਦਾ ਨਾ ਫਿਰ, ਅਤੇ ਜੇ ਤੁਸੀਂ ਭਗਵਾਨ ਬਣਾਉਣ ਵੇਲੇ ਮਿੱਟੀ ਦਾ ਬੰਦੂਕ ਨਾ ਬਣਾਉਂਦੇ ਹੋ ਫਿਰ ਭਗਵਾਨ ਨਹੀਂ ਨਾ ਉਹ। ਫਿਰ ਦੈਂਤ ਆ? ਹਾਂ ਬਿਲਕੁਲ ਦੈਂਤ ਹੈ। ਜੇ ਡਾਕਟਰ ਨੇ ਬਾਕੀ ਜੋ ਮਰਜ਼ੀ ਹੋਵੇ, ਜੇ ਡਾਕਟਰ ਨੇ ਆਪਦੇ ਕਸਬ 'ਚੋਂ ਖੁੰਝਣਾ, ਫਿਰ ਡਾਕਟਰੀ ਕਦੀ ਕਦੇ ਵਾਸਤੇ ਕੱਪੜੇ ਦੀ ਦੁਕਾਨ ਖੋਲ੍ਹ ਲੈਂਦਾ, ਹਲਵਾਈ ਦੀ ਦੁਕਾਨ ਖੋਲ੍ਹ ਲੈਂਦਾ, ਕੋਈ ਦੁਕਾਨ ਖੋਲ੍ਹ ਲੈਂਦਾ, ਪੈਸੇ ਪੈਸੇ ਵਪਾਰ 'ਚ ਪੈਸਾ ਬਹੁਤ ਬਣਦਾ ਜਿਹਨੇ ਬਣਾਉਣਾ ਹੋਵੇ।
ਫਿਰ ਡਾਕਟਰੀ ਕਰਨ ਦੀ ਕੀ ਲੋੜ ਆ, ਇੰਨੇ ਪੈਸੇ ਲਾਏ, ਇੰਨੇ ਸਾਲ ਲਾਏ। ਡਾਕਟਰ ਸਾਹਿਬ, ਇਹ ਕੇਸ ਨੂੰ ਤੁਸੀਂ ਕਿਸ ਤਰੀਕੇ ਨਾਲ, ਤੁਸੀਂ ਕਾਫੀ ਇਸ ਤੇ ਰਿਪੋਰਟ ਕੈਨੇਡਾ ਦੇ ਵਿੱਚ ਸੀ, ਤੁਸੀਂ ਪਤਾ ਲੱਗਿਆ ਜੀ ਵਾਪਸੀ ਹੋਈ ਹੈ ਜੀ, ਜਦੋਂ ਕੇਸ ਤੁਹਾਡੇ ਕੋਲ ਤੁਹਾਨੂੰ ਪਤਾ ਲੱਗਦਾ ਰਿਪੋਰਟਾਂ ਦੇ, ਮੀਡੀਆ ਰਿਪੋਰਟਾਂ ਦੇ ਜ਼ਰੀਏ, ਤੁਹਾਡਾ ਇੰਟਰਸਟ ਲਾਜ਼ਮੀ ਤੌਰ ਤੇ ਹੋਊਗਾ, ਕਿਉਂਕਿ ਤੁਸੀਂ ਇਹੋ ਜਿਹੇ ਕੇਸਾਂ ਨੂੰ ਜ਼ਿਆਦਾ ਦੇਖਦੇ ਹੋ ਨੇੜੇ ਤੋਂ, ਕਿਸ ਤਰੀਕੇ ਦੀ ਤੁਹਾਡੇ ਸਾਹਮਣੇ ਪੂਰੀ? ਦੇਖੋ, ਮੇਰੇ ਸਾਹਮਣੇ ਇਹ ਪਿਕਚਰ ਇਹ ਹੈ, ਇਹ 4-5 ਗੱਲਾਂ ਨੇ ਜਿਹੜੀਆਂ ਗੱਲਾਂ ਤੋਂ ਦੇਖਣ ਦੀ ਲੋੜ ਹੈ। ਹਾਲਾਂਕਿ ਅੱਜ ਸੁਪਰੀਮ ਕੋਰਟ ਨੇ 9 ਘੰਟੇ ਸੁਣਵਾਈ ਕਰਕੇ ਵੀ ਅਸੀਂ ਟਾਸਕ ਫੋਰਸ ਬਣਾਤੀ, ਡਾਕਟਰਾਂ ਨੂੰ ਅਸੀਂ ਆਏ, ਉਹ ਠੀਕ ਰਹਿਣਗੇ, ਇਹ ਕੁਛ ਨਹੀਂ ਹੋਣਾ। ਮੈਂ ਤੁਹਾਨੂੰ ਅੱਜ ਕਹਿਣਾ, ਇਹ ਕੁਛ ਨਹੀਂ ਹੋਣਾ, ਕਾਗਜ਼ੀ ਹੋਏਗਾ ਸਾਰਾ ਕੁਛ, ਕਿਉਂਕਿ ਉਹ ਕੀ ਐਂ ਕਰ ਦਿਓ, ਯੈਸ ਗੁੱਡ ਗੁੱਡ, ਇੱਦਾਂ ਦੀਆਂ ਗੱਲਾਂ ਚੱਲਦੀਆਂ ਨੇ। ਅਸਲ 'ਚ ਲੋੜ ਕਿੱਥੇ ਸੀ? ਮੈਂ ਇਹਨੂੰ ਸਾਰੇ ਨੂੰ ਦੇਖਦਾ ਰਿਹਾ, ਇਹਦੇ ਵਿੱਚ ਇਹ 2 ਲੈਵਲ ਨੇ। ਇਹ ਬੰਦਾ ਜਿਹੜਾ, ਇਹ ਬੰਦਾ ਬਦਮਾਸ਼ ਹੈ, ਸਾਰੇ ਉਹਦੇ ਕਿਰਦਾਰ ਤੋਂ ਪਤਾ ਲੱਗਦਾ ਜੀ, ਤੇ ਦੋਸ਼ ਲੱਗਿਆ, ਕਿਉਂਕਿ ਉਹ ਵਾਰ ਵਾਰ ਪੁਲਿਸ ਡਿਊਟੀ ਲਵਾਉਂਦਾ, ਉਹ ਵਾਰ ਵਾਰ ਉੱਥੇ ਡਿਊਟੀ ਲਵਾਉਂਦਾ, ਉਹਦਾ ਰੇਪ ਬਾਰੇ, ਉਹਦਾ ਇਹੋ ਜਿਹੇ ਕ੍ਰਾਈਮ ਬਾਰੇ ਪਹਿਲਾਂ ਹੀ ਰਿਕਾਰਡ ਹੈ ਪੁਲਿਸ ਕੋਲ, ਅਤੇ ਉਹ ਕਾਲਜ ਦੇ ਮੈਡੀਕਲ ਕਾਲਜ ਦੇ ਨਾਲ ਡਿਊਟੀ ਲਵਾ ਰਿਹਾ। ਔਰ ਮੈਡੀਕਲ ਕਾਲਜਾਂ 'ਚ ਅਸੀਂ ਇਹੋ ਜਿਹਾ, ਮੈਂ ਤੁਹਾਨੂੰ ਤਾਂ ਦੱਸਦਾ, ਮੈਂ ਪਹਿਲੇ ਦਿਨ ਨਹੀਂ ਕਰ ਰਿਹਾ, ਮੈਂ ਪਟਿਆਲਾ ਮੈਡੀਕਲ ਕਾਲਜ ਸੀਗੇ, ਅਸੀਂ ਦੇਖੇ ਵੀ ਕੁਛ ਬੰਦੇ ਇਸ ਤਰ੍ਹਾਂ ਬਲੱਡ ਵਿਕਾਉਂਦੇ ਹੁੰਦੇ, ਵੀ ਕਿਸੇ ਨੂੰ ਬਲੱਡ ਦੀ ਲੋੜ ਹੈ, ਉਹਨੂੰ ਕਹਿਣਾ ਆਓ ਤੈਨੂੰ ਦਵਾਉਂਦੇ ਹਾਂ। ਇਹੋ ਜਿਹੇ ਵਪਾਰੀ ਅਸੀਂ ਫੜ ਕੇ ਉਹਨਾਂ ਨੂੰ ਪੁੱਟਦੇ ਸੀ, ਵੀ ਤੁਹਾਡੀ ਹਿੰਮਤ ਕਿਵੇਂ ਪੈ ਜੀ, ਬਲੱਡ ਮਰੀਜ਼ ਨੂੰ ਮਿਲੇਗਾ, ਅਸੀਂ ਜਿੱਥੋਂ ਮਰਜ਼ੀ ਇਕੱਠਾ ਕਰਕੇ ਲਿਆਈਏ। ਬਲੱਡ ਵਿਕਣ ਨੂੰ ਬੰਦ ਕਰਿਆ ਅਸੀਂ, ਗੁੰਡਾਗਰਦੀ ਹਸਪਤਾਲਾਂ 'ਚ ਬੰਦ ਕਰੀ ਅਸੀਂ, ਗੁੰਡੇ ਆ ਗਏ ਉੱਥੇ ਕੁੜੀਆਂ ਦੇ ਹੋਸਟਲ 'ਚ, ਅਸੀਂ ਮੂੰਹ ਕਾਲਾ ਕਰਕੇ ਉੱਥੇ ਘੁਮਾਏ, ਕਿਉਂਕਿ ਪੁਲਿਸ ਕੁਛ ਕਰਦੀ ਨਹੀਂ। ਪੁਲਿਸ ਤਾਂ ਉਹਨਾਂ ਨੂੰ ਬਚਾਉਣ ਆਉਂਦੀ ਹੈ, ਬਲਕਿ ਪੁਲਿਸ ਕਹੇ ਹੁਣ ਅਸੀਂ ਆ ਗਏ, ਇਹਨਾਂ ਛੱਡ ਦਿਓ। ਮੈਂ ਕੱਲ੍ਹ ਦੇ ਤੁਸੀਂ ਕਿੱਥੇ ਸੀ ਬਾਈ? ਉਹ ਨਰਸ ਨੂੰ ਕੁਛ ਕਹਿ ਕੇ ਗਿਆ ਸੀ, ਕਿਉਂਕਿ ਸਾਡੇ ਵਾਸਤੇ ਕਲਾਸ 4 ਹੋਵੇ, ਨਰਸ ਹੋਵੇ, ਟੈਕਨੀਸ਼ੀਅਨ ਹੋਵੇ, ਫਾਰਮਾਸਿਸਟ ਹੋਵੇ, ਡਾਕਟਰ ਹੋਵੇ, ਸਾਡੇ ਵਾਸਤੇ ਸਾਡੀ ਟੀਮ ਦੇ ਮੈਂਬਰ ਨੇ। ਇੱਕ ਲੜਕੀ ਨੂੰ ਤੁਸੀਂ ਹਸਪਤਾਲ 'ਚ ਉਹ ਸੇਫ ਨਹੀਂ, ਹੋਰ ਕਿੱਥੇ ਸੇਫ ਹੋਊਗੀ ਬਾਈ? ਸੋ ਇਸ ਕਰਕੇ ਅਸੀਂ ਇਹ ਕਰਿਆ। ਮੈਂ ਇਹਨੂੰ ਸਾਰੇ ਨੂੰ ਪੜ੍ਹ ਕੇ ਮੈਨੂੰ ਦੁੱਖ ਹੋ ਰਿਹਾ ਵੀ ਲੋਕਾਂ 'ਚ, ਹਾਂ ਇੱਕ ਗੱਲ ਹੈ ਵੀ ਡਾਕਟਰ ਸਾਰੇ ਇੰਡੀਆ ਦੇ ਵਿੱਚ ਡਾਕਟਰ ਔਰ ਜਿਹੜੇ ਜਮਹੂਰੀ ਲੋਕ ਨੇ, ਜਿਹੜੇ ਔਰਤਾਂ ਦੇ ਹੱਕ 'ਚ ਗੱਲ ਕਰਨ ਵਾਲੇ ਨੇ, ਉਹ ਸਾਰੇ ਉਹ ਖੜ੍ਹੇ ਹੋ ਗਏ ਨੇ, ਨਹੀਂ ਆਮ ਤੌਰ 'ਤੇ ਕਈ ਵਾਰ ਇਹ ਵੀ ਨਹੀਂ ਹੁੰਦੇ। ਅਤੇ ਇਹ ਬਹੁਤ ਵੱਡੀ ਗੱਲ ਹੋਈ ਹੈ, ਪਰ ਹੁਣ ਉਹ ਤਾਂ ਮਰਨ ਵਾਲੀ ਤਾਂ ਮਰ ਗਈ, ਉਹ 'ਚ ਗਈ ਘਰ ਜਾਂਦੀ ਤਾਂ ਮਤਲਬ ਹੋਇਆ, ਪਰ ਇਹਦੇ ਵਿੱਚ ਉਹ ਕੁੜੀ ਦੇ ਪਿੱਛੇ ਲੱਗਿਆ ਹੋਇਆ, ਉਹ ਬਦਮਾਸ਼ੀ ਕਰਦਾ, ਕਿਉਂਕਿ ਉਹਦਾ ਇੱਕ ਗੱਲ ਹੈ ਜਿਹੜੀ 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 ਸਮਝਣ ਦੀ ਲੋੜ ਹੈ ਵੀ ਜਦ ਤਾਂ ਉਹ ਕੰਟਰੈਕਟ ਕਿੱਦਾਂ ਨਾਲ ਵੀ ਚੱਲ ਆਹ ਵੀ ਕੰਮ ਕਰ ਜਾਂਦਾ, ਰੇਪ ਵੀ ਕਰ ਜਾਂਦਾ, ਜਾਂ ਉਹ ਕੁੜੀ ਨੂੰ ਐਂ ਤਾਂ ਹੈ ਨਹੀਂ ਵੀ ਉਹ ਉਸੇ ਵਕਤ ਉਸੇ ਕੁੜੀ ਦੇ ਪੱਟੀ ਕੁੜੀ ਉਹਦੇ 'ਤੇ ਪ੍ਰਬੰਧ ਕੋਈ ਨਾ ਕੋਈ ਤਾਂ ਨਹੀਂ ਉਹ ਬਣੇਗਾ ਨਾ, ਬਿਲਕੁਲ। ਸੋ ਇਹਦਾ ਮਤਲਬ ਟਰੇਸ ਕਰਦਾ ਰਿਹਾ, ਉਹ ਦੇਖਦਾ ਰਿਹਾ, ਕੁੜੀ ਦੇ ਕੁਲੀਗ ਨਾਲ ਬੈਠੇ ਨੇ, 2 ਵਜੇ ਤਾਂ ਉਹ ਰੋਟੀ ਮੰਗਾ ਕੇ ਖਾਂਦੇ ਨੇ। ਫਿਰ ਜਿਹੜਾ PN ਉਹ ਕਹਿ ਰਿਹਾ ਕਿ ਜੀ 3 ਵਜੇ ਮੈਂ ਨੰਗਿਆ, ਇਹਨੇ ਕੰਬਲ ਲੈ ਕੇ ਸੋਈ ਪੜੀ ਸੀ ਸਵੇਰੇ ਤਿੰਨ ਵਜੇ। ਅਤੇ ਜਿਹੜਾ ਵੀਡੀਓ ਦੱਸਦਾ ਵੀ 4 ਵਜੇ ਉਹ ਉੱਥੇ ਐਂਟਰ ਕਰਦਾ, ਜਾਂ 3 ਵਜੇ 3:30 ਵਜੇ ਕਰਦਾ, ਜਾਂ 4 ਵਜੇ, ਜੋ ਵੀ ਟਾਈਮਿੰਗ ਹੋ ਗਈ, ਟਾਈਮਿੰਗ ਨਹੀਂ ਯਾਦ, ਤਾਂ 2 ਘੰਟੇ ਕੇ ਬਾਅਦ ਉਹ ਬਾਹਰ ਨਿਕਲਦਾ। ਇੱਥੋਂ ਬੜਾ ਫਿਰ ਅਗਲੀ ਗੱਲ, ਉਹਦੀ ਐਨ ਕਿਰੀ ਪਈ ਹੈ, ਉਹਦਾ ਲੈਪਟਾਪ ਬੰਦ ਪਿਆ, ਉਸ ਪਾਣੀ ਦੀ ਬੋਤਲ ਗਿਰੀ ਹੋਈ ਹੈ, ਉਹਦੀਆਂ ਅੱਖਾਂ 'ਚ ਖੂਨ ਹੈ। ਇਹ ਡਾਕਟਰ ਹੈ ਕਿ ਹਲਵਾਈ ਹੈ? ਇਹਨੂੰ ਨਹੀਂ ਪਤਾ ਵੀ ਇਹ ਉਹ ਹੈ? ਉਹਨੂੰ ਪਤਾ ਹੋਣਾ ਚਾਹੀਦਾ, ਉਹਨੇ ਕਰਿਆ ਕੀ ਹੈ, ਡਾਕਟਰੀ ਕਿਵੇਂ ਕਰੀ ਹੈ, ਅਸਿਸਟੈਂਟ ਮੈਡੀਕਲ ਸਿਹਤ ਮਤਲਬ ਅਸਿਸਟੈਂਟ ਮੈਡੀਕਲ ਸੁਪਰਡੈਂਟ ਵੀ ਰਲਿਆ ਹੋਇਆ, ਉਹ 'ਚ ਕੋਈ ਨਾ ਕੋਈ ਵੱਡਾ ਦਬਾਅ ਹੈ, ਜਾਂ ਰਲਿਆ ਹੋਇਆ, ਜਿੱਦਾਂ ਮਰਜ਼ੀ ਦਬਾਅ ਹੋਵੇ, ਜਿਹੜਾ ਡਾਕਟਰ ਆਪਣੇ ਬ੍ਰਹਮ ਤੋਂ ਟੁੱਟ ਗਿਆ ਉਹਨੂੰ ਡਾਕਟਰ ਰਹਿਣ ਦਾ ਕੋਈ ਹੱਕ ਨਹੀਂ। ਫਿਰ ਸਰਕਾਰ ਨੇ ਐਡਾ ਵੱਡਾ ਕਾਰਾ ਹੋ ਗਿਆ,
ਪ੍ਰਿੰਸੀਪਲ ਨੂੰ ਸਸਪੈਂਡ ਕਰਤਾ, ਉਹ ਦੂਜੇ ਗੱਲ 'ਚ ਲਾਉਣ ਦੀ ਕੀ ਲੋੜ ਸੀ? ਜੇ ਲਾਇਆ, ਹਾਂ ਇੱਕ ਹੁੰਦਾ ਹੈੱਡਕੁਆਰਟਰ ਫਿਕਸ ਕਰਨਾ, ਇਹਦਾ ਮਤਲਬ ਬੇਵਕੂਫੀ ਕਰੀ ਹੈ, ਤੁਹਾਨੂੰ ਹੈੱਡਕੁਆਰਟਰ ਦਾ ਸੈਕਟਰੀਟ ਫਿਕਸ ਕਰ ਦਿਉ। ਹੈੱਡਕੁਆਰਟਰ ਤਾਂ ਜ਼ਰੂਰੀ ਨਹੀਂ ਨਾ ਵੀ ਤੁਸੀਂ ਮੈਡੀਕਲ ਕਾਲਜ 'ਚ ਹੀ ਕਰੋਗੇ, ਪਰ ਹੁਣ ਤੁਸੀਂ ਇਹਨਾਂ ਪ੍ਰਿੰਸੀਪਲਾਂ ਦਾ ਕੀ ਕਰੋਗੇ? ਕਾਨਪੁਰ ਸਰਕਾਰੀ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਨੇ ਕਿਹਾ ਕਰੋਨਾ ਦੇ ਦੌਰਾਨ ਮੁਸਲਮਾਨਾਂ ਬਾਰੇ, ਕਹਿੰਦੇ ਇਹਨਾਂ ਨੂੰ ਬਚਾ ਕੇ ਕੀ ਕਰਨਾ? ਹੁਣ ਕਿਸੇ ਨੇ ਨਹੀਂ ਕੁਛ ਕਿਹਾ। ਜਦ ਤੁਸੀਂ ਡਾਕਟਰਾਂ ਨੂੰ ਧਰਮ ਦੇ ਨਾਮ ਦੇ ਉੱਤੇ ਵੰਡ ਰਹੇ ਹੋ, ਫਿਰ ਡਾਕਟਰਾਂ ਨੂੰ ਕੀ ਉਮੀਦ ਰੱਖੋਗੇ? ਇਹ ਪ੍ਰਿੰਸੀਪਲ ਨੇ ਤਾਂ ਸਸਪੈਂਡ ਕਰਤਾ ਨਾ, ਇੱਕ ਲੜਕੀ ਦੀ ਮੌਤ ਹੋ ਰਿਹਾ, ਉਹਨੂੰ ਤਾਂ ਕੁਛ ਕਿਹਾ ਹੀ ਨਹੀਂ। ਪਰ ਜਿਹੜਾ ਡਾਕਟਰ ਸਾਹਿਬ ਇਹਦੇ ਵਿੱਚ ਮੇਨ ਗੱਲ ਪਰਿਵਾਰ ਦੋਸ਼ ਲਾ ਰਿਹਾ ਕਿ ਸਾਡੀ ਬੇਟੀ ਨੂੰ ਇੱਕ ਤੋਂ ਵੱਧ ਲੋਕਾਂ ਵੱਲੋਂ ਰੇਪ ਕੀਤਾ ਗਿਆ। ਤੁਸੀਂ ਵੀ 150 ਸੀਮਨ ਦੀ ਗੱਲ ਕੀਤੀ ਕਿ ਨਾ ਕੋਰਟ ਦੇ ਵਿੱਚ ਦੀ ਗੱਲ ਨਸ਼ਰ ਹੋ ਚੁੱਕੀ ਹੈ, ਵਾਕਈ ਇੱਕ ਤੋਂ ਵੱਧ ਸੀ ਤੁਹਾਨੂੰ? ਨਹੀਂ ਨਹੀਂ, ਮੈਡੀਕਲ ਤੌਰ ਤੇ ਤਾਂ ਜਦ ਮੈਂ ਉਹਨੂੰ ਪੂਰੀ ਜਦ ਮੈਨੂੰ ਪੋਸਟਮਾਰਟਮ ਰਿਪੋਰਟ ਹੋਵੇ, ਪਰ ਇੱਕ ਗੱਲ ਹੈਗੀ ਹੈ ਵੀ ਜਿਹੜੀ ਕੁੜੀ ਨੇ ਰਜਿਸਟਰ ਕਰਿਆ, ਇੱਕ ਗੱਲ ਅਸੀਂ ਕਹਿੰਦੇ ਹੁੰਦੇ ਹਾਂ ਵੀ ਜੇ ਸੁਈਸਾਈਡ ਅਤੇ ਮਰਡਰ 'ਚ ਫਰਕ ਕੀ ਹੁੰਦਾ ਹੈ? ਸੁਈਸਾਈਡ 'ਚ ਕਿਤੇ ਕੋਈ ਜਿਹੜਾ ਵਿਕਟਮ ਹੈ, ਜਿਹੜਾ ਸ਼ਿਕਾਰ ਹੈ, ਉਹਦੇ ਸਰੀਰ 'ਤੇ ਸਿਵਾਏ ਸੁਈਸਾਈਡ ਦੇ ਛਾਲ ਮਾਰੀ ਆ, ਉਹਨੇ ਦਰਿਆ 'ਚ ਮਾਰੀ, ਉਹਨੇ ਉੱਤੋਂ ਛਾਲ ਮਾਰੀ, ਉਹਨੇ ਫਾਹਾ ਲੈ ਲਿਆ, ਉਹਨੇ ਜ਼ਹਿਰ ਖਾ ਲਈ, ਉਹਦੇ ਕੋਈ ਬਾਕੀ ਸੱਟਾਂ ਦੇ ਨਿਸ਼ਾਨ ਨਹੀਂ ਹੁੰਦੇ। ਉਹ ਸੱਟਾਂ ਦੇ ਨਿਸ਼ਾਨ ਤਾਂ ਹੁੰਦੇ ਨੇ ਜੇ ਕੋਈ ਉਹਦੀ ਲੜਾਈ ਘਰਦਿਆਂ ਨਾਲ ਹੋ ਗਈ, ਫਿਰ ਜਾ ਕੇ ਜਾਂ ਕਿਸੇ ਨਾਲ ਹੋ ਗਈ, ਫਿਰ ਜਾ ਕੇ ਉਹਨੇ ਦੁਖੀ ਹੋ ਕੇ ਇਸ ਚੀਜ਼ਾਂ, ਨਹੀਂ ਨੋਰਮਲੀ ਨਹੀਂ ਹੁੰਦੇ। ਇਹਦੇ ਜੇ ਇੰਨੇ ਨਿਸ਼ਾਨ ਹੈ, ਝਰੀਟਾਂ ਪਈਆਂ ਹੋਈਆਂ ਨੇ, ਅਤੇ ਉਹ ਝਰੀਟਾਂ 'ਚ ਉਹਦੇ ਉਹ ਵੀ ਫੜੇ ਗਏ ਨੇ, ਇੱਕ ਤਾਂ ਇਹ ਹੈ। ਦੂਜੀ ਗੱਲ ਇਹ ਹੈ ਕਿ ਵੀ ਇੰਨੇ ਕੁ ਸਮੇਂ ਦੇ ਵਿੱਚ ਇੰਨੇ ਬੰਦਿਆਂ ਦਾ ਹੋਣਾ, ਮਤਲਬ ਬਹੁਤ ਜ਼ਿਆਦਾ ਦਾ ਹੋਣਾ, ਇਹ ਸੰਭਾਵਨਾ ਥੋੜ੍ਹੀ ਔਖੀ ਹੈ। ਕਿਉਂਕਿ ਜਦ ਇੱਕ ਵਾਰੀ ਜਦ ਤਾਂ ਉਹ ਰਜਿਸਟਰ ਨਾ ਕਰਦੀ ਹੁੰਦੀ, ਜਦ ਉਹਨੇ ਪ੍ਰਤੀਕਿਰਿਆ ਦਿਖਾਈ ਹੈ ਨਾ, ਇਹ ਤੋਂ ਇਹ ਪਤਾ ਲੱਗਦਾ ਹੈ ਵੀ ਉਹ ਬੰਦੇ ਰੇਪ ਕਰ ਸਕੇ ਜਾਂ ਨਹੀਂ ਕਰ ਸਕੇ। ਬੰਦੇ ਜ਼ਿਆਦਾ ਹੋ ਸਕਦੇ ਨੇ ਕਿਉਂਕਿ ਕੁੜੀ ਵੀ ਨੌਜਵਾਨ ਹੈ, ਅਤੇ ਇੱਕ ਬੰਦਾ ਉਹਨੂੰ ਕੁੜੀ ਨੂੰ ਜਦ ਉਹ ਜਾਗ ਪੀ ਨਾ, ਛੇਤੀ ਛੇਤੀ ਕਰ ਨਹੀਂ ਸਕਦਾ ਐਡਾ ਛੇਤੀ, ਭਾਵੇਂ ਪੁਲਿਸ 'ਚ ਹੈ, ਬਦਮਾਸ਼ ਹੈ। ਸੋ ਇਹ 'ਚੋਂ ਮੈਨੂੰ ਇਹ ਲੱਗਦਾ ਹੈ ਵੀ ਇੱਕ ਬੰਦੇ ਦਾ ਉਸਨੂੰ, ਕਿਉਂਕਿ ਉਹ ਕੁੜੀ ਕੋਈ ਐਂ ਤਾਂ ਹੈ ਨਹੀਂ ਵੀ ਕੋਈ ਨਸ਼ੇ 'ਚ ਪਈ ਹੈ, ਉਹ ਹੋਸ਼ ਹਿਸਾਬ 'ਚ ਹੈ, ਠੀਕ ਹੈ ਥੱਕੀ ਹੋ ਸਕਦੀ ਹੈ, ਇੰਨੇ ਇੰਨੇ ਘੰਟੇ ਡਿਊਟੀ ਹੈ, ਪਰ ਉਹ ਰੋਟੀ ਖਾ ਕੇ ਤਾਜ਼ੀ ਉਹ ਪੜ੍ਹਾਈ ਕਰ, ਵੀ ਮੈਂ ਪੜ੍ਹ ਰਹੀ ਹਾਂ ਸੈਮੀਨਾਰ ਰੂਮ ਦੇ ਵਿੱਚ। ਸੋ ਮੇਰੇ ਹਿਸਾਬ ਨਾਲ ਉੱਥੇ ਇੱਕ ਬੰਦਾ ਉਸਨੂੰ ਇੱਦਾਂ ਰੇਪ ਕਰਕੇ ਮਰਡਰ ਨਹੀਂ ਕਰ ਸਕਦਾ ਸੀ, ਕਿਉਂਕਿ ਔਖਾ ਹੈ। ਜੇ ਇਹ ਰੇਪ ਕਰਕੇ ਮਰਡਰ ਇੱਕ ਬੰਦਾ ਕਿਵੇਂ ਕਰ ਸਕਦਾ ਹੁੰਦਾ? ਜਾਂ ਤਾਂ ਕੋਈ ਉਹਨੂੰ ਭੁਲੋ ਰਿਹਾ, ਜਾਂ ਕੋਈ ਦਵਾਈ ਦੇ ਤੀ, ਸਮਝੇ, ਜਾਂ ਸੁੱਤੇ ਪਏ ਨੂੰ ਦਬਾ ਲਿਆ ਪੂਰੀ ਤਰ੍ਹਾਂ, ਉਹ ਰਜਿਸਟਰ ਕਰ ਹੀ ਨਹੀਂ ਸਕਿਆ, ਮਾੜੀ ਮੋਟੀ ਰਜਿਸਟੈਂਸ ਹੈ। ਇੱਥੇ ਜਿਹੜੀ ਉਹਨੇ ਪ੍ਰਤੀਕਿਰਿਆ ਕਰੀ ਹੈ ਕੁੜੀ ਨੂੰ, ਕਾਫੀ ਜ਼ਿਆਦਾ, ਇਹਦਾ ਮਤਲਬ ਜਾਗ ਪਈ ਕਿ ਇੰਨੀ ਜ਼ਿਆਦਾ ਪ੍ਰਤੀਕਿਰਿਆ 'ਚ ਕੋਈ ਰੌਲਾ ਪੈ ਜਾਂਦਾ, ਕੋਈ ਹੋਰ ਹੁੰਦਾ, ਕੁਛ ਹੁੰਦਾ, ਅਤੇ ਵੀ ਕੋਈ ਨਾ ਕੋਈ ਇਹ ਵੱਡੀ ਗੇਮ ਹੈ, ਇਹ ਗੇਮ ਤਾਂ ਦੇਖਣ ਦੀ ਲੋੜ ਹੈ। ਹਾਂ ਬਿਲਕੁਲ ਨਿਰਪੱਖ, ਮੈਂ ਕਹਿੰਦਾ ਇਹ ਉਹ ਸੁਪਰੀਮ ਕੋਰਟ ਨੇ ਕਹਿ ਦਿੱਤਾ, ਸੁਪਰੀਮ ਕੋਰਟ ਨੂੰ ਜੁਡੀਸ਼ੀਅਲ ਜਾਂਚ ਕਰਾਉਣੀ ਚਾਹੀਦੀ ਹੈ ਇਹਦੇ 'ਚ, ਪੁਲਿਸ ਵੀ ਤਾਂ ਚਾਹੇ CBI ਹੈ। ਇਹ ਤਾਂ ਹੈ ਨਹੀਂ ਵੀ ਇੱਕ ਟਾਈਮ 'ਤੇ ਇੱਕ ਹੀ ਡਾਕਟਰ ਸੈਮੀਨਾਰ ਰੂਮ ਦੇ ਵਿੱਚ, ਹੋਰ ਵੀ ਸਟਾਫ ਹੁੰਦਾ ਹੈਗਾ, ਪਰ ਉਹਨਾਂ ਨੂੰ ਨਹੀਂ 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 ਉਹ ਸੈਮੀਨਾਰ ਰੂਮ ਹੋਰ ਚੀਜ਼ ਹੈ, ਹਸਪਤਾਲ ਹੋਰ ਚੀਜ਼ ਹੈ, ਵੀ ਨਹੀਂ ਕਿਸੇ ਨੂੰ ਬਾਹਰ ਪਤਾ ਲੱਗੇ। ਸੈਮੀਨਾਰ ਰੂਮ ਤਾਂ ਪੜ੍ਹਾਈ ਵਾਸਤੇ ਹੁੰਦਾ ਜੀ, ਸੈਮੀਨਾਰ ਰੂਮ 'ਚ ਕੋਈ ਕੋਈ ਮਰੀਜ਼ ਵੀ ਤਾਂ ਹੁੰਦਾ ਜੇ ਅਸੀਂ ਉਸ 'ਚ ਕਲਾਸ ਲੈਣੀ ਹੋਵੇ। ਸੈਮੀਨਾਰ ਰੂਮ 'ਚ ਜੇ ਕੱਢੀ ਬੈਠੇ ਤਾਂ ਕੱਢੀ ਹੋਈ ਹੈ, ਕੋਈ ਪੀਣ ਵੀ ਨਹੀਂ ਹੁੰਦਾ। ਹਾਂ ਨੰਗੇ ਜਾਂਦੇ ਦਿਖਦਾ ਵੀ ਹਾਂ ਕੁੜੀ ਪੜ੍ਹ ਰਹੀ ਹੈ ਜਾਂ ਬੈਠੀ ਹੈ, ਕਿਉਂਕਿ ਕਮਰੇ ਮਤਲਬ ਕਿ ਉਹਦੇ ਨਾਲ ਇਹ ਘਟਨਾ ਕਰਨ ਤੋਂ ਪਹਿਲਾਂ ਉਹਦੀ ਰੈਕੀ ਕੀਤੀ ਗਈ ਹੈ,
ਮੋਟੇ ਮੋਟੇ ਤੌਰ ਤੇ ਜਿਹੜੀ ਅਸੀਂ ਸਮਝ ਗਏ, ਕਿਉਂਕਿ ਕਿਸੇ ਨੂੰ ਕੀ ਪਤਾ ਕੌਣ ਕਿੱਥੇ ਬੈਠਾ ਹੈਗਾ ਜਾਂ ਕੀ ਹੈ ਨਾ, ਉਹ ਪੱਕਾ ਹੀ ਹੈ ਕੋਈ ਰੈਕੀ ਕਰੀ ਗਈ ਹੈ, ਕਿਉਂਕਿ ਜਿਹੜਾ ਉਹ ਪੀਣ ਕਹਿੰਦਾ ਵੀ ਮੈਂ ਨੰਗਿਆ ਉਦੋਂ 3 ਵਜੇ ਸੁੱਤੀ ਪਈ ਸੀ, ਠੀਕ ਹੈ, ਉਹ ਦੱਸਦਾ ਵੀ ਮੈਂ ਦੇਖੀ ਆ ਵੀ 3 ਵਜੇ ਸੁੱਤੀ ਪਈ ਸੀ, ਇਹ ਨੋਰਮਲ ਘਟਨਾ ਵੀ ਹੋ ਸਕਦੀ ਹੈ ਅਤੇ ਉਹਦਾ ਮਤਲਬ ਉੱਥੇ ਸ਼ੱਕ ਵੀ ਹੋ ਸਕਦਾ ਕੋਈ ਵੀ ਗੱਲ, ਇਸੇ ਕਰਕੇ ਇੰਡੀਆ 'ਚੋਂ ਲੋਕ ਦੱਸ ਕਿੰਨਾ ਜੀ, ਉਹ ਤੋਂ ਬੜੇ ਪ੍ਰੇਮ ਨਾਲ ਪੁੱਛਣ ਦੀ ਲੋੜ ਵੀ ਤਾਂ ਕੀ ਦੇਖਿਆ। ਸੋ ਇਹ ਜਿਹੜਾ ਜ਼ੁਰਮ ਹੈ ਇਹ ਇੰਨਾ ਘਟਾਉਣਾ, ਇਹਦੀ ਇਨਵੈਸਟੀਗੇਸ਼ਨ ਤਾਂ ਪ੍ਰੋਪਰ ਠੀਕ ਤਰੀਕੇ ਨਾਲ ਹੋਣੀ ਚਾਹੀਦੀ ਹੈ। ਔਰ ਮੈਨੂੰ ਨਹੀਂ ਲੱਗਦਾ CBI ਜੋ ਮਰਜ਼ੀ ਕਹੇ, CBI ਕੋਲ ਪਾਵਰ ਬਹੁਤ ਹੈ, CBI ਕਰਨਾ ਚਾਹੇ ਤਾਂ ਕਰ ਸਕਦੀ ਹੈ, ਪਰ ਮੈਂ CBI ਦੀ ਜਿਹੜੀਆਂ ਰਿਪੋਰਟਾਂ ਇਸ ਤਰੀਕੇ ਨਾਲ ਦੇਖੀਆਂ ਨੇ, ਇੱਕ ਕੇਸ ਸੀਗਾ ਉੜੀਸਾ ਦਾ ਸੁਦੀਪਤਾ ਲਿੰਕਾ ਕੇਸ, ਉੱਥੇ ਇੱਕ ਲੜਕੀ ਜਿਹੜੀ ਸੀ ਉਹਨੂੰ ਮਤਲਬ ਕੇਸ ਨੂੰ ਸਟੂਡੈਂਟ ਵਕੀਲ ਉਹ ਲੜ ਰਹੀ ਸੀ ਕੇਸ ਵਕੀਲ ਦੇ ਤੌਰ 'ਤੇ, ਉਹਨੇ ਇੰਨਾ ਉਹਦੇ 'ਚ ਪਾਇਆ ਵੀ ਜਿਹਦੀ ਇਨਵੈਸਟੀਗੇਸ਼ਨ 'ਚ ਉਹਨਾਂ ਨੇ ਕਿਹਾ ਜੀ ਅਸੀਂ ਦੁਬਾਰਾ ਕਰ ਰਹੇ ਹਾਂ, ਅਸੀਂ ਅਜੇ ਚਲਾਨ ਪੂਰਾ ਨਹੀਂ ਪੇਸ਼ ਕਰਿਆ, ਆਖਿਰਕਾਰ ਉਹ ਜਿਹੜਾ ਕੇਸ ਸੀ ਉਹਦੇ 'ਚ CBI ਨੂੰ ਪ੍ਰੂਵ ਦਿੱਤਾ ਗਿਆ ਅਲਟੀ ਆਖਿਰਕਾਰ, ਅਤੇ ਉਹ ਫਿਰ CBI ਨੇ ਪ੍ਰੂਵ ਕਰਿਆ। CBI ਜਦ ਆਪਣੀ ਆਈ 'ਤੇ ਆ ਜਾਵੇ ਉਦੋਂ ਸਭ ਕੁਛ ਕਰ ਸਕਦੀ ਹੈ, ਕਿਉਂਕਿ ਇਹ ਨਹੀਂ ਹੈ ਏਜੰਸੀ ਕੋਈ ਕਮਜ਼ੋਰ ਨਹੀਂ, ਉਹਦੇ ਕੋਲ ਕੋਈ ਸਕਿੱਲ ਦੀ ਕੋਈ ਘਾਟ ਨਹੀਂ ਹੈ। ਪਰ ਸਵਾਲ ਇਹ ਹੈ ਵੀ ਜੇ ਮਨ ਹਰਾਮੀ ਹੋ ਜੀ, ਕਿਉਂਕਿ ਜਿਹੋ ਜਿਹਾ ਸਿਆਸੀ ਮਾਮਲਾ ਹੈ, ਇੱਕ ਹੁੰਦਾ ਨਿੱਜੀ ਮਾਮਲਾ, ਸਿਆਸੀ ਮਾਮਲੇ 'ਚ ਬੜੇ ਦਬਾਅ ਹੁੰਦੇ ਨੇ। ਹੁਣ ਇੱਕ ਪਾਸੇ ਮਮਤਾ ਬੈਨਰਜੀ ਦੀ ਸਰਕਾਰ ਹੈ, ਇੱਕ ਪਾਸੇ ਜਿਹੜੇ ਉੱਥੇ ਵੈਂਡਲਿਜ਼ਮ ਹੋਇਆ ਉਹ ਬੰਦੇ ਗਏ ਨੇ, ਹੁਣ ਦੋਸ਼ ਲਾਇਆ ਜਾ ਰਿਹਾ ਵੀ ਇਹ ਤਾਂ ਜੀ ਤ੍ਰਿਣਮੂਲ ਕਾਂਗਰਸ ਦੇ ਨੇ, ਉਹ ਬੰਦਿਆਂ 'ਤੇ ਜਿਹੜੇ ਤ੍ਰਿਣਮੂਲ ਕਾਂਗਰਸ, ਉਹ ਕੋਈ MC ਦਾ ਜੀ ਉਹਦੀ ਚੋਣ 'ਚ ਗਿਆ ਸੀ ਨਾਲ, ਕੋਈ ਚੋਣ 'ਚ ਨਾਲ ਜਾਣ ਨਾਲ ਕਿਸੇ ਦੀ ਫੁੱਟ ਖੇ, ਸਾਡੇ ਸਿਆਸਤਦਾਨ ਇਸ ਲੈਵਲ 'ਤੇ ਆ ਗਏ ਵੀ ਜੇ ਕੋਈ ਕਿਸੇ ਦੀ ਚੋਣ 'ਚ ਨਾਲ ਚਲਾ ਗਿਆ ਜਲੂਸ 'ਚ ਤਾਂ ਫਿਰ ਉਹਦਾ ਹੋ ਗਿਆ। ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ, ਕਿਉਂਕਿ ਬੰਗਾਲ ਦੇ ਵਿੱਚ BJP 17-12 ਸੀਟਾਂ 'ਤੇ ਆ ਗਈ, ਬੰਗਾਲ ਦੇ ਵਿੱਚ BJP ਦਾ ਇੱਕ ਆਪਦਾ ਹੈਗਾ ਇੰਟਰਸਟ ਹਿੱਤ ਹੈਗਾ। ਸੋ ਉੱਥੇ ਇਹ ਕਹਿਣਾ ਉਹ ਗਏ ਸੀ ਉੱਥੇ, ਦੂਜੀ ਗੱਲ ਕੁੜੀ ਦਾ ਮਰਡਰ ਹੋ ਗਿਆ ਅਤੇ ਉੱਥੇ ਬੰਦੇ ਤਾਂ ਗਏ ਹੁਣ ਇਹ ਕਰਨ ਵੀ ਅਸੀਂ ਪ੍ਰੋਟੈਸਟ ਕਰਨ, ਅਤੇ ਉਹ ਪ੍ਰੋਟੈਸਟ ਦੇ ਵਿੱਚ ਵੀ ਲੋਕ ਤੋੜ ਭੰਨ ਕਰ ਦਿੰਦੇ ਨੇ, ਇਹ ਕੋਈ ਐਂ ਨਹੀਂ ਹੈ ਵੀ ਹਸਪਤਾਲ ਨਹੀਂ ਕੋਈ ਨਹੀਂ ਧਿਆਨ ਕਰਿਆ, ਅਤੇ ਉਹ ਪਾਤਾ ਇਹ ਵੀ ਇਹ ਉਸ ਐਵੀਡੈਂਸ ਮਿਟਾਉਣ ਗਏ ਸੀ, ਉਹ ਮਿਟ ਨਹੀਂ ਸਕਦਾ ਐਵੀਡੈਂਸ, ਇਹੋ ਜਿਹੀ ਕੋਈ ਵੱਡੀ ਗੱਲ ਨਹੀਂ, ਮਿਟ ਤਾਂ ਸਕਦਾ ਜੇ ਉਹ ਕਮਰੇ ਦੇ ਉੱਤੇ ਉਹਨਾਂ ਨੇ ਇਹੋ ਕਰਿਆ ਹੋਵੇ। ਮੈਨੂੰ ਨਹੀਂ ਪਤਾ ਕਮਰੇ 'ਚ ਹਮਲਾ ਕਰਿਆ, ਜੇ ਮੰਨ ਲਓ ਉੱਥੇ ਪ੍ਰਿੰਸੀਪਲ ਦਫ਼ਤਰ ਹਮਲਾ ਹੋ ਗਿਆ, ਮੰਨ ਲਓ ਮੈਡੀਕਲ ਸਟੂਡੈਂਟ ਦੇ ਦਫ਼ਤਰ ਹਮਲਾ ਹੋ ਗਿਆ, ਅਤੇ ਉਹਦੇ ਨਾਲ ਕਿਹੜਾ ਐਵੀਡੈਂਸ ਕਿਵੇਂ ਮਿਟ ਜੂਗਾ। ਅਖਬਾਰ 'ਚ ਖਬਰ ਇਹ ਦਿੱਤੀ ਜਾ ਰਹੀ ਹੈ ਵੀ ਤ੍ਰਿਣਮੂਲ ਦੇ ਬੰਦੇ ਨੇ, ਬੰਦੇ ਗਏ ਨੇ, ਮੈਂ ਵੀ ਬਚਪਨ 'ਚ ਮੈਂ ਐਜੀਟੇਟਰ ਰਿਹਾ, ਮੈਨੂੰ ਪਤਾ ਐਜੀਟੇਟਰਾਂ ਦੇ ਵਿੱਚ ਵੀ ਇੱਕ ਅੱਧਾ ਬੰਦਾ ਹੁੰਦਾ ਕੋਈ ਸ਼ੀਸ਼ਾ ਤੋੜਦਾ, ਕੋਈ ਗਰਮਾਂ ਖੂਨ ਹੁੰਦਾ, ਇਹਨਾਂ ਦੇ ਕਰਦੇ, ਇਹਨਾਂ ਤੋਂ ਜ਼ਿਆਦਾ ਕਰਦੇ ਨੇ ਬਲਕਿ ਜਿਹੜਾ ਹੁਣ ਮਾਹੌਲ ਬਣਾਤਾ। ਸੋ ਇਸ ਕਰਕੇ ਉਹ ਜਿਹੜੇ ਐਜੀਟੇਟਰ ਗਏ ਸੀ ਉੱਥੇ, ਜਿਨ੍ਹਾਂ ਨੇ ਐਜੀਟੇਸ਼ਨ ਕਰੀ, ਇਹ ਦੇਖਣ ਦੀ ਬਜਾਏ ਕਿ ਕੀ ਉਹ ਉਹਨਾਂ ਦਾ ਬਿਆਨ ਜੋ ਮੈਂ ਪੜ੍ਹਿਆ ਉਹ ਇਹ ਹੈ ਕਿ ਜੀ ਅਸੀਂ ਤਾਂ ਇਹਦੀ ਅਗੇਂਸਟ ਗਏ ਸੀ ਵੀ ਰੇਪ ਕਿਉਂ ਹੋਇਆ, ਮਰਡਰ ਕਿਉਂ ਹੋਇਆ, ਤਾਂ ਨਿਸ਼ਚਿਤ ਮੈਡੀਕਲ ਕਾਲਜ ਨੂੰ ਵੀ ਕਹਿਣਾ, ਹੋਰ ਕਿਹਨੂੰ ਕਹਿਣਾ, ਉੱਥੇ ਬੰਦੇ ਇਕੱਠੇ ਹੋਏ ਨੇ, ਉੱਥੇ ਉਹਨਾਂ ਨੇ ਹਮਲਾ ਕਰਿਆ, ਤੋੜ ਭੰਨ ਕਰੀ, ਕੀ ਕਰਿਆ, ਉਹ ਸਾਰੇ ਵੀਡੀਓ ਰਿਕਾਰਡ 'ਚੋਂ ਪਤਾ ਲੱਗ ਜੂਗਾ, ਕੋਈ ਦੋ ਰਾਏ ਨਹੀਂ। ਪਰ ਇਹ ਕਹਿਣਾ ਵੀ ਐਵੀਡੈਂਸ ਖਤਮ ਕਰਨ ਗਏ ਸੀ, ਇਹ ਮੈਨੂੰ ਔਖਾ ਲੱਗਦਾ, ਕਿਉਂਕਿ ਐਵੀਡੈਂਸ ਖਤਮ ਕਰਨ ਕਦੇ ਮੌਬ ਨਹੀਂ ਜਾਂਦਾ ਹੁੰਦਾ, ਮੌਬ ਤਾਂ ਐਵੀਡੈਂਸ ਖਤਮ ਕਰ ਨਹੀਂ ਸਕਦਾ ਹੁੰਦਾ ਛੇਤੀ, ਬਿਲਕੁਲ ਉਹ ਤਾਂ ਰਿਐਕਸ਼ਨ ਹੈ। ਸੋ ਰਿਐਕਸ਼ਨ ਦੇ ਉੱਤੇ ਹੁਣ ਇਹਦੇ 'ਤੇ ਮੈਨੂੰ ਕਿਉਂ ਲੱਗਦਾ, ਇਹਦੇ 'ਚ ਤ੍ਰਿਣਮੂਲ ਕਾਂਗਰਸ ਵੀ ਕਟਹਿਰੇ 'ਚ ਹੈ, ਇਹਦੇ 'ਚ BJP ਵੀ ਕਟਹਿਰੇ 'ਚ ਹੈ,
ਕਿਉਂਕਿ ਕੇਂਦਰ ਸਰਕਾਰ ਇਹ ਤੋਂ ਕੋਸ਼ਿਸ਼ ਕਰ ਰਹੀ ਹੈ। ਨਹੀਂ ਮੈਨੂੰ ਮੈਨੂੰ ਤਾਂ ਪੂਰੀ ਨਜ਼ਰ ਆਉਂਦੀ ਹੈ, ਮੇਰੇ 'ਚ ਮੈਨੂੰ ਤਾਂ ਡਾਕਟਰੀ ਪੁਲਿਸ ਪ੍ਰਸ਼ਾਸਨ ਕੇਂਦਰ ਅਤੇ ਇਹਦੀ ਟੱਕਰ, ਇਹ ਸੂਬਾ ਸਰਕਾਰ ਅਤੇ ਕੇਂਦਰ ਦੀ ਟੱਕਰ, ਮੇਰੇ 'ਚ ਸਾਰਾ ਕੁਛ ਨਜ਼ਰ ਆਉਂਦਾ ਹੈ। ਕਿਉਂਕਿ ਇਹਨਾਂ ਨੇ ਹੁਣ ਇਸ ਪੱਧਰ 'ਤੇ ਆ ਗਏ ਨੇ ਵੀ ਜੇ ਇਹ ਲੋਕ ਸਭਾ 'ਚ ਇੱਕ ਦੂਜੇ ਨਾਲ ਜੋ ਪੱਧਰ ਕਰ ਰਹੇ ਨੇ, ਬਾਕੀ ਨਾਲ ਕੀ ਨਹੀਂ ਕਰ ਸਕਦੇ। ਕਿ ਇਹ ਤਾਂ ਨਹੀਂ ਪੋਲੀਟੀਕਲੀ ਜਿਹੜਾ ਤੁਸੀਂ ਮਤਲਬ ਕਿ ਇਹ ਤੁਹਾਨੂੰ ਹੈ ਕਹਿ ਰਹੇ ਕੁਛ ਸ਼ਾਇਦ ਹੈ ਜਾਂ ਕੁਛ ਹੋ ਸਕਦਾ, ਇਹਦੇ ਵਿੱਚ ਇਨਸਾਫ਼ ਕਿਤੇ ਇਹ ਨਾ ਹੋਵੇ ਕਿ ਦੇਰ ਦੇਰ ਹੁੰਦਾ ਕਿ ਇੰਨਾ ਹੀ ਦੂਰ ਹੋ ਜਾਵੇ ਇਨਸਾਫ਼, ਕਿ ਇਨਸਾਫ਼ ਕਦੇ ਨਹੀਂ, ਇਨਸਾਫ਼ ਇਨਸੂਫ਼ ਕਿੱਥੇ ਮਿਲਣਾ? ਤੁਸੀਂ ਕਹਿੰਦੇ ਇਨਸਾਫ਼, ਇਨਸਾਫ਼ ਦੀ ਡੈਫੀਨੇਸ਼ਨ ਕੀ ਹੈ? ਇਨਸਾਫ਼ ਦੀ ਡੈਫੀਨੇਸ਼ਨ ਤਾਂ ਇਹ ਹੈ ਨਾ ਵੀ ਇਹ ਸਹੀ ਬੰਦਾ ਫੜਿਆ ਜਾਵੇ, ਜਿਹੜੇ ਚਾਰ ਨੇ, ਪੰਜ ਨੇ, ਦੋ ਨੇ, ਇੱਕ ਹੈ, ਜੋ ਵੀ ਹੈ, ਉਹਦੇ ਪਿੱਛੇ ਕਿਹੜੇ ਬੰਦੇ ਨੇ? ਉਹ ਜਿਹੜੇ ਬੰਦੇ ਉਹਨੂੰ ਉੱਥੇ ਲਾਉਂਦੇ ਰਹੇ, ਉਹ ਕਿਵੇਂ ਮੈਨੇਜ ਕਰਦੇ ਹਰ ਆਪਦੀ ਪੋਸਟਿੰਗ ਉੱਥੇ? ਇਹ ਸਾਰਾ ਇੱਕ ਤੰਤਰ ਹੈ ਵਿੱਚ। ਉਹ ਤੰਤਰ 'ਚ ਹੋ ਸਕਦਾ ਉਹ ਮੈਡੀਕਲ ਸੁਪਨੈਂਟ ਨਾਲ ਵੀ ਰਲਿਆ ਹੋਏ, ਝੂਠੀਆਂ ਦਵਾਈਆਂ ਵਿਕਾਉਂਦਾ ਹੋਵੇ। ਪੂਰਾ ਵੱਡਾ ਨੈਕਸਸ ਆ, ਬਿਲਕੁਲ ਇਹ 'ਚ ਕੋਈ ਡਾਊਟ ਹੀ ਨਹੀਂ ਆ। ਉਹ ਬੰਦਾ ਨੈਕਸਸ ਦਾ ਪਾਰਟ ਆ, ਉਹ ਬਿਨਾਂ ਨੈਕਸਸ ਦਾ ਹੀ ਨਹੀਂ ਹੋ ਸਕਦਾ। ਮੈਂ ਬੜੀ ਬੜੀ ਕਲੈਰਿਟੀ ਨਾਲ ਗੱਲ ਪੁੱਛਣ, ਲੋਕ ਸਾਡੇ ਦਰਸ਼ਕ ਆ ਜਿਹੜੇ ਉਹ ਵੀ ਨਾ, ਮੈਂ ਤਾਂ ਕਹਿਣਾ ਉਹ ਨੈਕਸਸ ਦਾ ਪਾਰਟ ਹੈ। ਇਹ ਗੱਲ ਮੈਂ ਸਮਝ ਨਹੀਂ ਚਾਹੁੰਦਾ ਕਿ ਇਹਦੀ ਵਜ੍ਹਾ ਸਿਰਫ ਤੇ ਸਿਰਫ ਇੱਕ ਕਾਮ ਵਾਸਨਾ ਸੀ ਜਿਹੜਾ ਰੇਪ ਹੋਇਆ, ਜਾਂ ਇਹਦੇ ਪਿੱਛੇ ਲੱਗਦਾ ਸੀ ਕਿ ਇੱਕ ਬਹੁਤ ਵੱਡੀ ਕੋਈ ਕੁੜੀ ਦੇ ਕੋਲ ਕੋਈ ਜਾਣਕਾਰੀ ਸੀ, ਮਤਲਬ ਕਿ ਇਹੋ ਜਿਹਾ ਕੁਛ ਸੀ, ਉਸ ਨੂੰ ਹੀ ਖਤਮ ਕਰਨ ਦੇ ਲਈ ਇਹੋ ਜਿਹਾ ਕਰ ਦਿੱਤਾ। ਕਿ ਧਾਰਨਾ ਦੋ ਚੱਲ ਰਹੀਆਂ ਇਸ ਵਕਤ? ਨਹੀਂ, ਮੈਨੂੰ ਐਂ ਨਹੀਂ ਲੱਗਦਾ, ਕਿਉਂਕਿ ਜਿਹੜੇ ਜੂਨੀਅਰ ਏਜੰਟ ਹੁੰਦੇ ਨੇ ਜੀ, ਉਹਨਾਂ ਕੋਲ ਇੰਨੀ ਕੋਈ ਹੁੰਦੀ ਨਹੀਂ ਜਾਣਕਾਰੀ, ਕਦੀ ਵੀ ਨਹੀਂ ਹੁੰਦੀ ਨਾ, ਕਿਉਂਕਿ ਉਹਦਾ ਸਬਜੈਕਟ ਇਹੋ ਜਿਹਾ ਨਾ, ਉਹਨੇ ਪੋਸਟਮਾਰਟਮ ਕਰ ਲੈਣੇ ਵੀ ਕੋਈ ਮੈਡੀਕਲ ਲੀਗਲ ਕੇਸ ਹੋਵੇ, ਗੁੰਡੇ ਬਦਮਾਸ਼ ਉਹਨੂੰ ਚਾਹੁੰਦੇ ਸੀਗੇ, ਕੋਈ ਗਵਾਹੀ ਗੁਵਾਹੀ ਦਵਾਉਣ, ਇਹੋ ਜਿਹਾ ਕੋਈ ਮਾਮਲਾ ਨਹੀਂ ਹੈ। ਕੋਈ ਮਰੀਜ਼ ਮਰੇ ਦੀ ਕਹਾਣੀ ਨਹੀਂ ਹੈ ਵੀ ਉਹਦੇ 'ਤੇ ਉਹ ਬੱਚਾ 'ਤੇ ਜਾਂ ਹੋਰ ਦੀ ਗੱਲ ਹੋਵੇ। ਦਵਾਈਆਂ ਪਰਚੇਜ਼ 'ਚ ਇਹਨਾਂ ਦੀ ਕੋਈ ਭੂਮਿਕਾ ਨਹੀਂ ਹੁੰਦੀ, ਸਮਾਨ ਦੀ ਪਰਚੇਜ਼ ਕਰਨ 'ਚ ਇਹਨਾਂ ਦੀ ਕੋਈ ਭੂਮਿਕਾ ਨਹੀਂ ਹੁੰਦੀ। ਇਸ ਕਰਕੇ ਉਹਦੇ 'ਚ ਇਹ ਲੱਗਦਾ ਹੈ ਵੀ ਇਹ ਬੰਦਾ ਬਦਮਾਸ਼ ਜਿਹੜਾ ਹੈ ਇਹ, ਕਿਉਂਕਿ ਜਦ ਜਿਵੇਂ ਕੁੱਤਾ ਹਲਕਿਆ ਹੁੰਦਾ ਉਹ ਨਹੀਂ ਪਛਾਣਦਾ ਫਿਰ ਕੌਣ ਆਪਣਾ ਅਤੇ ਕੌਣ ਪਰਾਇਆ। ਸੋ ਇਹਦੇ ਉੱਤੇ ਤਾਂ ਮਤਲਬ ਇਹ ਤਾਂ ਸੈਕਸਿਸਟ ਹੈਗਾ, ਇਹ ਇਹਨੇ ਜੋ ਕੁਛ ਕਰਿਆ ਇਹਨੇ ਕਰਿਆ ਤਾਂ ਉਸੇ ਦਸ 'ਚੋਂ ਹੈ, ਪਰ ਉਹ ਕਿੰਨੇ ਬੰਦੇ ਨੇ ਕੀ ਨੇ ਅਜੇ ਕਹਾਣੀ ਨੂੰ ਉਧੇੜਨ ਦੀ ਲੋੜ ਹੈ। ਇਹ ਨਹੀਂ ਹੈ ਵੀ ਇਹ ਬਾਹਰ ਨਹੀਂ ਹੈ, ਮੈਂ ਇਹ ਕਹਿਣ ਨੂੰ ਤਿਆਰ ਹਾਂ ਵੀ ਹਾਲਾਂਕਿ ਇਹ ਬੜੀ ਮੈਂ ਕਹਾਂਗਾ ਪਹਿਲਾਂ ਦੀ ਗੱਲ ਹੈ, ਪਰ ਜੋ ਕੁਛ ਐਵੀਡੈਂਸ ਪੁਲਿਸ ਨੇ ਆਪ ਹੀ ਦੱਸੇ ਨੇ ਵੀ ਆਹ ਆਹ ਸਾਨੂੰ ਮਿਲਿਆ, ਉਹ 'ਚੋਂ ਇਹ ਬੰਦਾ ਜਿਹੜਾ ਇਹ ਮੇਨ ਮੁੱਖ ਦੋਸ਼ੀ ਹੈਗਾ। ਮੈਂ ਤੁਹਾਡੀ ਉਸੇ ਗੱਲ 'ਤੇ ਤੁਹਾਨੂੰ ਥੋੜ੍ਹਾ ਲੈ ਕੇ, ਤੁਸੀਂ ਹੁਣ ਵੀ ਜ਼ਿਕਰ ਕੀਤਾ ਕਿ ਇੱਕ ਜਾਂ ਇੱਕ ਤੋਂ ਵੱਧ ਜਾਂ 150 ਗ੍ਰਾਮ ਸੀਮਨ ਦਾ ਜੋ ਗੱਲ ਸਾਹਮਣੇ ਆ ਰਹੀ ਆ, ਹਾਲਾਂਕਿ ਉਹ ਪੋਸਟਮਾਰਟਮ ਰਿਪੋਰਟ ਹਲੇ ਪਬਲਿਕ ਨਹੀਂ ਹੋਏਗੀ, ਪਬਲਿਕ ਡੋਮੇਨ ਦੇ ਵਿੱਚ ਨਹੀਂ ਹੈਗੀ, ਨੋਰਮਲ ਬੰਦੇ ਦਾ 150 ਗ੍ਰਾਮ ਸੀਮਨ, ਗ੍ਰਾਮ ਨਹੀਂ ਮਿਲੀਗ੍ਰਾਮ, ਮਿਲੀਗ੍ਰਾਮ ਜਿਹੜਾ ਹੈਗਾ, ਦੇਖੋ ਸੀਮਨ ਤਾਂ ਜਿਹੜਾ ਹੈਗਾ ਨਾ ਉਹਨਾਂ ਨੇ ਕਿਹਾ ਵੀ ਇਹ ਮਲਟੀਪਲ ਹੋ ਸਕਦਾ ਹੈ, ਉਹਨਾਂ ਪੁਲਿਸ ਨੇ ਜਿਹੜਾ ਰਿਐਕਸ਼ਨ ਕਰਿਆ ਉਹ ਗਲਤ ਕਰਿਆ। ਪੋਸਟਮਾਰਟਮ ਵਾਲੇ ਡਾਕਟਰਾਂ ਨੇ ਕਹਿਤਾ ਨਾ, ਬਿਆਨ ਦੇ ਤਾ ਮੰਨ ਲਓ, ਪਹਿਲੀ ਗੱਲ ਤਾਂ ਪੋਸਟਮਾਰਟਮ ਵਾਲੇ ਡਾਕਟਰਾਂ ਨੂੰ ਕੋਈ ਬਿਆਨ ਨਹੀਂ ਦੇਣਾ ਚਾਹੀਦਾ ਪੁਲਿਸ ਨੂੰ, ਇਹਨਾਂ ਸੋਰੀ ਲੋਕਾਂ ਨੂੰ, ਮੀਡੀਆ ਨੂੰ, ਜਿਹਨੇ ਪੋਸਟਮਾਰਟਮ ਕਰਿਆ ਹੀ ਸ਼ੁੱਡ ਕੀਪ ਮਾਪ, ਕਿਉਂਕਿ ਮਾਮਲਾ ਹੈ ਜਾ ਜਿਹ 'ਚ ਫੰਗਣ ਦੇ ਡਾਰਾ ਮੰਨਦੀਆਂ ਨੇ, ਉਹਨਾਂ ਸਿਰਫ ਇੰਨਾ ਸੀਮਾ ਹੁੰਦੀ ਹੈ ਕਿ ਜੇ ਅਸੀਂ ਪੋਸਟਮਾਰਟਮ ਕਰਤਾ ਅਤੇ ਅਸੀਂ ਭੇਜਤੇ ਸਾਰੇ ਵਿਸਰਾ ਵਗੈਰਾ ਅਤੇ ਉਹਦੀਆਂ ਰਿਪੋਰਟਾਂ ਆ ਜਾਣਗੀਆਂ ਅਤੇ ਅਸੀਂ ਪੁਲਿਸ ਨੂੰ ਦੇ ਦਾਂਗੇ, ਤੁਸੀਂ ਪੁਲਿਸ ਨੂੰ ਲੈ ਲਿਓ। ਅਸਲ ਦੇ ਵਿੱਚ ਸਾਡੇ ਕੋਲ ਕੋਈ ਇਖਤਿਆਰ ਹੀ ਨਹੀਂ ਮੀਡੀਆ ਨੂੰ ਦੱਸਣ ਦਾ, ਜਿਹੜਾ ਮੈਂ ਜੇ ਪੋਸਟਮਾਰਟਮ ਕਰਿਆ ਹੈ, ਮੈਂ ਮੈਡੀਕਲ ਲੀਗਲ ਕਰਿਆ, ਮੇਰੇ ਕੋਲ ਕੋਈ ਅਧਿਕਾਰ ਨਹੀਂ ਪੁਲਿਸ ਮੀਡੀਆ ਨੂੰ ਦੱਸਣ ਦਾ। ਦੂਜੀ ਗੱਲ, ਸਾਰੇ ਕੱਪੜੇ ਸਣੇ ਉਹ ਜਿਹੜਾ ਸੀਮਨ ਉੱਥੋਂ ਕੱਢਿਆ, ਸਰਿੰਜ ਨਾਲ ਕੱਢਿਆ, ਕੱਪੜੇ ਨਾਲ ਕੱਢਿਆ, ਸਵੈਬ ਨਾਲ ਕੱਢਿਆ, ਉਹਨੂੰ ਪੈਕ ਕਰਿਆ ਵੀ ਇਹਦਾ ਟੈਸਟ ਕਰਾਉਣਾ, ਕੈਮੀਕਲ ਐਗਜ਼ਾਮੀਨਰ ਦੇ ਜਾਣਾ,
ਅਤੇ ਉਹਦਾ DNA ਕਰਾਉਣਾ ਨਹੀਂ ਕਰਾਉਣਾ ਕੀ ਕਰਨਾ, ਇਹ ਸਾਰਾ ਕੁਛ ਸਣੇ ਡੈੱਡ ਬੋਡੀ ਦੇ ਅਸੀਂ ਰਿਸ਼ਤੇਦਾਰਾਂ ਨੂੰ ਨਹੀਂ ਦਿੰਦੇ, ਅਸੀਂ ਪੁਲਿਸ ਨੂੰ ਹੈਂਡ ਓਵਰ ਕਰਦੇ ਹਾਂ ਸਣੇ ਪੋਸਟਮਾਰਟਮ ਦੀ ਕਾਪੀ ਦੇ, ਪੋਸਟਮਾਰਟਮ ਦੀ ਕਾਪੀ, ਕੱਪੜੇ, ਹਾਂ ਇਨਵੈਸਟੀਗੇਟਿੰਗ ਏਜੰਸੀ ਨੂੰ ਕੱਪੜੇ, ਡੈੱਡ ਬੋਡੀ, ਉਹ 'ਚੋਂ ਜਿਹੜਾ ਸਮਾਨ ਕੱਢ ਕੇ ਟੈਸਟ ਕਰਨ ਵਾਸਤੇ ਜਿੱਥੇ ਜਿੱਥੇ ਭੇਜਣਾ ਉਹਦੇ ਸਾਰੇ ਪੈਕਟ, ਉਹਨਾਂ ਦੀ ਸਾਰੇ ਡਾਕਟ ਬਣਾ ਕੇ ਵੀ ਆਹ ਇੱਥੇ ਭੇਜਣਾ ਇੱਥੇ ਭੇਜਣਾ, ਉਹ ਸਾਰਾ ਕੁਛ, ਅਤੇ ਪੋਸਟਮਾਰਟਮ ਦੀ ਰਿਪੋਰਟ, ਇਹ ਸਾਰਾ ਕੁਛ ਸਮੇਤ, ਕੱਪੜਿਆਂ ਦੇ ਕੋਈ ਗਹਿਣਾ ਹੋਵੇ, ਕੋਈ ਕੜਾ ਪਾਇਆ ਹੋਵੇ, ਹਰ ਚੀਜ਼ ਪੁਲਿਸ ਨੂੰ ਦੇਣੀ, ਪੁਲਿਸ ਨੂੰ ਦੇਣੀ, ਅਸੀਂ ਹੋਰ ਕਿਸੇ ਨੂੰ ਦੇਣੀ ਹੋ ਨਹੀਂ। ਪਰ ਕਈ ਵਾਰੀ ਨਾ ਬੰਦੇ ਇਮੈਚਿਓਰ ਹੁੰਦੇ ਨੇ ਜਿਹੜੇ ਇਹੋ ਜਿਹੀ ਗੱਲ ਕਰ ਦਿੰਦੇ ਨੇ, ਉਹਨਾਂ ਨੂੰ ਕੁਛ ਨਹੀਂ ਦੱਸਣਾ ਚਾਹੀਦਾ ਸੀ, ਦੱਸ ਤਾਂ ਕੋਈ ਗੱਲ ਨਹੀਂ, ਪੁਲਿਸ ਕਈ ਵਾਰ ਮੀਡੀਆ ਵਾਲੇ ਪੁੱਛੀ ਜਾਂਦੇ ਨੇ ਹੁਣ ਹਰੇਕ ਮੇਰੇ ਵਰਗਾ ਤਾਂ ਲੱਕੜ ਸਿਰਾ ਨਹੀਂ ਨਾ ਹੈ ਵੀ ਮੈਂ ਬਾਈ ਇਹ ਨਹੀਂ ਦੱਸਣਾ, ਜੋ ਮਰਜ਼ੀ ਜੋਰ ਲਾ ਲਓ, ਨਹੀਂ ਦੱਸਦੇ ਸੀ, ਜਿਸੇ ਦੱਸਣਾ ਉਹ ਤਾਂ ਦੱਸੀਦਾ ਵੀ ਹੈ, ਜਿਹੜਾ ਸਾਨੂੰ ਲੱਗਦਾ ਵੀ ਪਬਲਿਕ ਹਿੱਤ 'ਚ ਹੈ, ਕਿਉਂਕਿ ਸਾਡੇ 'ਤੇ ਕੋਈ ਐਦਾਂ ਨਹੀਂ ਹੈ, ਨੋਰਮਲੀ ਅਸੀਂ ਨਹੀਂ ਦੱਸਣਾ। ਜਿਵੇਂ ਮਸਲ ਮੈਂ ਤੁਹਾਨੂੰ ਇੱਕ ਦਾ, ਗੁਰਦਾਸਪੁਰ ਇੱਕ ਵਾਰੀ ਅਕਾਲੀਆਂ ਨੇ ਘਿਰਾਓ ਕਰਿਆ ਹੋਇਆ ਸੀ ਦਫ਼ਤਰਾਂ ਦਾ, ਉਸੇ DC ਨੇ ਗੋਲੀ ਚਲਾਤੀ, ਉਹ ਫੱਟਣ ਸਾਡੇ ਕੋਲ ਹਸਪਤਾਲ 'ਚ ਆ ਗਏ, ਮੈਂ ਸਾਰੇ ਡਾਕਟਰ ਲਾ ਤੇ ਵੀ ਪਰਚੇ ਕੱਟੋ, ਅਤੇ ਮੈਂ ਫਾਰਮਾਸਿਸਟ ਲਾਤਾ ਵੀ ਇਹ ਲਿਸਟਾਂ ਲਿਖ ਕੇ ਲਾ ਦਿਉ, ਅਤੇ ਮੈਨੂੰ ਐਡਮਿਨਿਸਟ੍ਰੇਸ਼ਨ ਨੇ ਕਿਹਾ, ਸਾਡੇ ਸਿਵਲ ਸਰਵੈਂਟ ਨੂੰ ਕਿਹਾ ਵੀ ਉਹਨਾਂ ਨੇ ਲਿਸਟਾਂ ਲਵਾਤੀਆਂ, ਤਾਂ ਮੈਂ ਜੀ ਲਿਸਟਾਂ ਲਵਾਉਣ ਨਾਲ ਲਾ ਐਂਡ ਆਰਡਰ ਪੈਦਾ ਨਹੀਂ ਹੁੰਦਾ, ਸਮਾਂ ਇਹ ਬਚਿਆ, ਲੋਕਾਂ ਨੂੰ ਤਾਂ ਸੀ ਵੀ ਟਰੱਕ ਭਰ ਕੇ ਲਾਸ਼ਾਂ ਦੇ ਲੈ ਗਏ। ਸੋ ਮੈਨੂੰ ਪਤਾ ਸੀ ਵੀ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਇੰਨੇ ਫੱਟੜ ਨੇ ਇਹ ਹੈਗੇ ਨੇ ਹਸਪਤਾਲ 'ਚ, ਅਤੇ ਜਿਹੜੇ ਇਹਨਾਂ 'ਚ ਨਹੀਂ ਹੈਗਾ ਕਿਸੇ ਦਾ ਨਹੀਂ ਗਿਆ, ਅਗਲੇ ਲੱਭ ਲੈਣ ਵੀ ਭਾਈ ਸਾਡਾ ਵੀ ਬੰਦਾ ਉੱਥੇ ਗਿਆ ਹੋਇਆ ਸੀ, ਇਹ ਫੱਟੜਾਂ ਦੀ ਇਸ ਤਾਂ ਹੈ ਨਹੀਂ, ਅਸੀਂ ਫੱਟੜਾਂ ਦੀ ਇਸ ਹਸਪਤਾਲ 'ਚ ਲਈ ਹੈ ਨਾ। ਸੋ ਐਡਮਿਨਿਸਟ੍ਰੇਸ਼ਨ ਤਾਂ ਕਈ ਵਾਰੀ ਨਾ ਬਿਲਕੁਲ ਹੀ ਕੁਛ ਨਹੀਂ ਕਹਿਣ ਦਿੰਦੀ, ਸਾਡੇ ਕੋਲ ਇੰਨੇ ਕੁ ਅਖਚਾਰ, ਨੋਰਮਲੀ ਅਸੀਂ ਨਹੀਂ ਦੱਸਦੇ, ਮੈਨੂੰ ਵੀ ਕੋਈ ਪੁੱਛੇਗਾ ਪੋਸਟਮਾਰਟਮ ਦਾ, ਮੈਂ ਨਹੀਂ ਦੱਸਾਂਗਾ, ਨੋਰਮਲੀ ਨਹੀਂ ਦੱਸਾਂਗਾ। ਆਖਰੀ ਸਵਾਲ ਡਾਕਟਰ ਸਾਹਿਬ ਲਵਾਂਗੇ, ਇੱਕ ਫਿਲਮ ਆਈ ਸੀ 79 ਦੇ ਦਹਾਕੇ 'ਚ ਸ਼ਾਇਦ, ਜਿਹੜੀ ਹੈਗੀ ਆ ਰਾਮ ਤੇਰੀ ਗੰਗਾ ਮੈਲੀ ਜੀ, ਉਹ ਗੰਗਾ ਕਦੇ ਸਾਫ਼ ਹੋਵੇਗੀ? ਨਹੀਂ, ਹੁਣ ਤਾਂ ਗੰਗਾ ਕਿਆ, ਹੁਣ ਤਾਂ ਸਾਰੀਆਂ ਨਦੀਆਂ ਮੈਲੀਆਂ ਕਰਤੀਆਂ ਇਹਨਾਂ ਨੇ, ਜੇ ਸਾਰੇ ਮੁਲਕ ਦੇ ਵਿੱਚ ਗੰਗਾ ਕੌਣ ਹੈ, ਗੰਗਾ ਇੱਕ ਔਰਤ ਹੈ, ਬਿਲਕੁਲ ਗੰਗਾ ਸਾਡੀ ਮਾਤਾ ਹੈ, ਉਸੇ ਔਰਤ ਦੀ ਗੰਗਾ ਸਾਡੀ ਮਾਤਾ ਹੈ, ਅਤੇ ਅਸੀਂ ਮਾਤਾ ਦੀ ਇੱਜ਼ਤ ਨਹੀਂ ਕਰ ਰਹੇ, ਅਸੀਂ ਮਾਤਾ ਦੀ ਦੁਰਦਸ਼ਾ ਕਰ ਰਹੇ ਹਾਂ, ਔਰ ਸ਼ਰੇਆਮ ਕਰੀਏ, ਔਰ ਇੱਕ ਬੰਦਾ ਨਹੀਂ ਬੋਲਿਆ, ਜਦ ਤੁਸੀਂ ਜੇ ਦੂਜੇ ਫਿਰਕੇ ਦੀ ਔਰਤ ਹੈ, ਕੀ ਤੁਸੀਂ ਉਮੀਦ ਕਰਦੇ ਹੋ ਵੀ ਉਹ ਬੰਦੇ ਜਿਹੜੇ ਇੰਨੇ ਦਰਿੰਦੇ ਤੁਸੀਂ ਨੌਜਵਾਨਾਂ ਨੂੰ ਬਣਾਈ ਜਾ ਰਹੇ ਹੋ, ਉਹਨਾਂ ਤੋਂ ਤੁਸੀਂ ਲੋੜੇ ਦਾਖ ਬਜੋਰੀਆਂ, ਬਾਬਾ ਫਰੀਦ ਨੇ ਕਿਹਾ ਲੋੜੇ ਦਾਖ ਬਜੋਰੀਆਂ ਕਿੱਕਰ ਬੀਜੇ ਜੱਟ, ਹੰਡੇ ਉੱਨ ਕਤਾਏ ਦਾ ਪੈਦਾ ਲੋੜੇ ਪੱਟ, ਤੁਸੀਂ ਬੀਜਦੇ ਕੰਡੇ ਹੋ, ਤੁਸੀਂ ਸਾਡੇ ਨੌਜਵਾਨਾਂ ਦੇ ਦਿਮਾਗ 'ਚ ਬੰਬ ਫਿੱਟ ਕਰ ਰਹੇ ਹੋ, ਉਹਨਾਂ ਨੂੰ ਇਨਸਾਨ ਦੀ ਸਿਰਫ ਆਪਦੇ ਇੱਕ ਲਾਲਚ ਵਾਸਤੇ ਕਿੰਨੀ ਦੇਰ ਇਹਨਾਂ ਹੁਕਮਰਾਨਾਂ ਨੇ ਰਹਿ ਜਾਣਾ, ਕਿੰਨੀ ਦੇਰ ਤ੍ਰਿਣਮੂਲ ਕਾਂਗਰਸ ਦੀ ਮਮਤਾ ਬੈਨਰਜੀ ਚੀਫ ਮਿਨਿਸਟਰ ਰਹਿ ਜੂਗੀ, ਕਿੰਨਾ ਪ੍ਰਾਈਮ ਮਿਨਿਸਟਰ ਬਣ ਕੇ ਰਹਿ ਜੂਗੀ, ਕਿੰਨਾ ਮੋਦੀ ਸਾਹਿਬ ਰਹਿ ਜਾਣਗੇ, ਕਿੰਨਾ ਅਮਿਤ ਸ਼ਾਹ ਜੀ ਰਹਿ ਜਾਣਗੇ, ਕੋਈ ਵੀ ਪੋਲੀਟੀਸ਼ਨ ਹੈ ਕਿੰਨੀ ਦੇਰ ਰਹਿ ਜਾਣਗੇ, ਆਏ ਨੇ ਸਾਰੇ ਗਏ ਨੇ, ਜਿਤ ਆਸਣ ਹਮ ਵੈਸੇ ਤੁਮ ਵੈਸੇ ਕੇਤੇ ਬੈਸ ਗਿਆ, ਕਿੰਨੀ ਪਹਿਲਾਂ ਬੈਠ ਕੇ ਗਏ ਨੇ ਇਹਨਾਂ ਕੁਰਸੀਆਂ 'ਤੇ, ਕੋਈ ਨਾਮ ਨਿਸ਼ਾਨ ਹੈਗੇ ਹੁਣ? ਸੋ ਜੇ ਚੰਗੇ ਕੰਮ ਕਰੋਗੇ ਤਾਂ ਤੁਹਾਡਾ ਨਾਮ, ਤੁਸੀਂ ਦੇਸ਼ ਦੇ, ਤੁਸੀਂ ਸੂਬੇ ਦੇ, ਤੁਹਾਡੇ 'ਤੇ ਜ਼ਿੰਮੇਵਾਰੀਆਂ ਨੇ, ਤੁਸੀਂ ਪੁਲਿਸ ਦੇ ਮੁਖੀ ਹੋ, ਤੁਸੀਂ ਸਿਹਤ ਸੇਵਾਵਾਂ ਦੇ ਮੁਖੀ ਹੋ, ਤੁਸੀਂ ਸਿਆਸਤ ਦੇ ਮੁਖੀ ਹੋ,
ਤੁਹਾਡੀ ਕੋਈ ਤਾਂ ਜ਼ਿੰਮੇਵਾਰੀ ਹੋਵੇ ਨਾ, ਤੁਸੀਂ ਅਗਲੀ ਪੀੜ੍ਹੀ ਨੂੰ ਸਿਖਾ ਕੀ ਰਹੇ ਹੋ? ਅਗਲੀ ਪੀੜ੍ਹੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਦਾ ਮਾੜਾ ਹਾਲ ਹੋ ਗਿਆ, ਇੱਥੇ ਪੰਜਾਬੀ ਯੂਨੀਵਰਸਿਟੀ ਕੁੜੀ ਦਾ ਜੋ ਹੋਇਆ ਹਾਲ, ਸਾਰੇ ਨਾਲ ਰਲ ਗਏ, ਜਿਹੜੇ ਸੋ ਕਾਰਡ ਆਪਦੇ ਆਪਣੇ ਕਹਿੰਦੇ ਅਗਾਂਹ ਵਧੂ, ਔਰ ਕਿਸੇ ਨੇ ਨਾ ਉਹਦਾ ਪੋਸਟਮਾਰਟਮ ਹੋਇਆ, ਨਾ ਉਹਦੇ 'ਚ ਕੋਈ ਪੁਲਿਸ ਨੇ ਇਨਵੈਸਟੀਗੇਸ਼ਨ ਕਰਕੇ ਕੇਸ ਕਰਿਆ, ਸਭ ਠੀਕ ਆ, ਕੁੜੀ ਮਰ ਗਈ ਸਡਨਲੀ, ਇਕਲਾ, ਉਹ ਵੀ ਨੌਜਵਾਨ ਕੁੜੀ ਸੀ। ਇਸ ਕਰਕੇ ਮੈਨੂੰ ਐਂ ਲੱਗਦਾ ਵੀ ਸਾਡੇ ਜਿਹੜੀ ਔਰਤ ਹੈ ਉਹ ਪੜ੍ਹਨ ਵੇਲੇ ਵੀ ਤੰਗ, ਉਹ ਨੌਕਰੀ ਕਰਨ ਵੇਲੇ ਵੀ ਤੰਗ, ਉਹ ਬੱਸਾਂ 'ਚ ਜਾਂਦੀ ਵੀ ਤੰਗ, ਉਹ ਉਹਦੇ ਵਿੱਚ ਟ੍ਰੇਨ 'ਚ ਜਾਂਦੀ ਵੀ ਤੰਗ। ਭਾਈ ਔਰਤ ਹੈ, ਤੁਹਾਡੇ ਵੀ ਮਾਂ ਭੈਣ ਧੀ ਹੈ, ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਮੈਂ ਕਿਉਂ ਕਹਿਣਾ, ਮੈਨੂੰ ਕਿਉਂ ਇਹ ਦੁੱਖ ਹੋ ਰਿਹਾ। ਮੈਂ ਜਾ ਰਿਹਾ ਸੀ ਪਟਿਆਲੇ ਤੋਂ ਮਤਲਬ ਸੰਗਰੂਰ ਨੂੰ, ਉਹ ਬੱਸ 'ਚ ਮੈਂ ਬੈਠਾ, ਇੱਕ ਲੜਕੀ ਉੱਥੇ ਬੈਠੀ, ਉਹਨੂੰ ਕੋਈ ਬੰਦਾ ਨਾ ਮੋਢਾ ਜਿਹਾ ਮਾਰੀ ਜਾਵੇ, ਚੰਨੋ ਤੱਕ ਜਾਂਦੇ ਉਹ ਵਿਚਾਰੀਆਂ, ਪਿੱਛੇ ਦੇਖਿਆ ਉਹਦੇ ਨਾਲ ਦਾ ਮੁੰਡਾ ਪਿੱਛੇ ਵੀ ਬੈਠਾ ਸੀ, ਤਿੰਨ ਤਿੰਨ ਵਾਲੀ ਸੀਟ ਸੀ, ਦੋ ਦੋ ਸਵਾਰੀਆਂ ਬੈਠੀਆਂ ਸੀ। ਉਹਨੇ ਉਹਨੂੰ ਆਖਿਆ ਥੋੜ੍ਹਾ ਛੋੜਿਆ, ਉਹ ਫੇਰ ਟਿੱਕ ਗਿਆ, ਫਿਰ ਅੱਗੇ ਜਾ ਕੇ ਪਵਾਨੀਗੜ੍ਹ ਜਾ ਕੇ ਫਿਰ ਉਹ ਐਨ ਜਵਾ ਉਹਦੇ ਨਾਲ ਲੱਗ ਗਈ ਖਿੜਕੀ ਦੇ ਲੜਕੇ, ਅਤੇ ਹੁਣ ਉਹਦੇ ਕੋਲ ਤਾਂ ਕੋਈ, ਕਿਉਂਕਿ ਨਾਲ ਦੇ ਨੇ ਤਾਂ ਜਿੰਨਾ ਕਹਿਣਾ ਸੀ ਕਹਿਤਾ, ਕੋਈ ਬੋਲ ਨਹੀਂ ਰਿਹਾ। ਮੈਂ ਗੱਲ ਸੁਣਿਆ, ਤੇਰੇ ਘਰੇ ਮਾਂ ਭੈਣ ਧੀ ਕੋਈ ਨਹੀਂ, ਵੱਡਾ ਮਸਟੰਡਾ ਆਇਆ ਹੈ। ਅਤੇ ਮੈਂ ਕਿਹਾ ਇਹ ਤਾਂ ਕੁੜੀ ਵਿਚਾਰੀ ਵੀ ਚੱਲ ਘਰ ਦੇ ਵੀ ਕਹਿਣਗੇ, ਕਿਉਂਕਿ ਕੁੜੀਆਂ ਨੂੰ ਘਰ ਦੇ ਵੀ ਕਹਿੰਦੇ ਟਾਈਮ ਪੰਗਾ ਲੈ ਕੇ ਕੀ ਕਰਨਾ ਸੀ, ਵੀ ਨਹੀਂ ਇਹ ਸੈਂਡਲ ਕੱਢ ਕੇ, ਕੁਮਾਰ ਜੀ ਤੇਰੇ ਵਾਲ ਨਹੀਂ ਛੱਡਣਾ ਸੀ ਕਿਸੇ ਨੇ। ਮੈਨੂੰ ਕਹਿੰਦਾ ਕਿੱਥੇ ਜਾਣਾ? ਮੈਂ ਕਿਹਾ ਮੈਂ ਮਸਤੋਂ ਜਾਣਾ, ਉੱਥੇ ਕੁੜੀਆਂ ਮੈਨੂੰ ਰਿਸੀਵ ਕਰਨ ਆਉਣਗੀਆਂ, ਮੈਂ ਤਾਂ ਇਸ਼ਾਰਾ ਹੀ ਕਰਨਾ, ਜੇ ਤੇਰੇ ਸਿਰ ਦਾ ਵਾਲ ਕੋਈ ਰਹਿ ਗਿਆ ਤਾਂ ਮੈਨੂੰ ਕਹਿ ਦੀ। ਤੂੰ ਸਮਝਦਾ ਕੀ ਆਪਦੇ ਆਪ ਨੂੰ? ਜਿੰਨਾ ਚਿਰ ਤੁਹਾਨੂੰ ਰਿਐਕਸ਼ਨ ਨਹੀਂ ਹੁੰਦਾ ਵੀ ਇੱਕ ਕੁੜੀ ਜਾ ਰਹੀ ਹੈ ਯਾਰ, ਇਹ ਕੁੜੀ ਨੂੰ ਤੁਸੀਂ ਐਂ ਤੰਗ ਕਰੋਗੇ, ਉਹਦਾ ਬੱਸ 'ਚ ਬੈਠਣਾ ਦੁੱਬਰ ਕਰੋਗੇ, ਥੋੜ੍ਹਾ ਖੂਨ ਨਾ ਖੋਲ੍ਹੇ। ਮੈਨੂੰ ਪਤਾ ਮੈਂ ਡਾਕਟਰ ਹਾਂ, ਮੈਂ ਵੱਡਾ ਅਫਸਰ ਹਾਂ, ਕੋਈ ਮੈਨੂੰ ਕੁੱਟ ਵੀ ਦਊਗਾ। ਉਹ ਕਹਿੰਦਾ ਇਹਨੇ ਪੰਗਾ ਲੈ ਲਿਆ, ਇਹ ਵੀ ਕਹਿਣਗੇ। ਮੈਂ ਕਹਿੰਦਾ ਕੋਈ ਨਹੀਂ ਕਹਿਣਾ, ਕਿਸੇ ਨੂੰ ਤਾਂ ਬਿੱਲੀ ਦੇ ਗੱਲ ਟੱਬੀ ਬੰਨਣੀ ਪੈਣੀ ਆ। ਦੁੱਖ ਹੈ ਇਸ ਘਟਨਾ ਦਾ, ਨਿੱਜੀ ਦੁੱਖ, ਤੁਸੀਂ ਦੁੱਖ ਦੀ ਗੱਲ ਕਰਦੇ ਹੋ, ਦੁੱਖ ਕਹਿ ਕੇ ਨਹੀਂ ਸਾਰਿਆ ਜਾ ਸਕਦਾ। ਇਹ ਗੈਰ ਮਨੁੱਖੀ ਕਾਰਜ ਦੇ ਰੋਣ, ਹਰ ਵਕਤ ਰੋਣ ਆਉਂਦਾ ਵੀ ਹੱਦ ਹੋ ਗਈ, ਇਹ ਮੁਲਕ ਮੁਲਕ ਰਹਿਣ ਦੇ ਕਾਬਲ ਹੈ? ਇਹ ਗੱਲਾਂ ਮਾਰਦੇ ਨੇ, ਉਹ ਇੱਥੋਂ ਜੀ ਲੋਕ ਭੱਜ ਕੇ ਜਾ ਰਹੇ ਨੇ, ਜਾਣ ਨਾ ਹੋਰ ਕੀ ਕਰਨਾ? ਇਹ ਸਿਆਸਤਦਾਨ ਕੀ ਕਰ ਰਿਹਾ? ਇਹ ਸਿਆਸਤਦਾਨ ਕਰ ਕੀ ਰਹੇ ਨੇ? ਸਿਆਸਤਦਾਨ ਇੱਕ ਦੂਜੇ ਨੂੰ ਮਿਹਣੇ ਦੇਣ ਤੋਂ ਸਿਵਾਏ ਇਹ ਨੌਜਵਾਨ ਲੜਕੇ ਲੜਕੀਆਂ ਦਾ ਕੁਛ ਕਰ ਰਹੇ ਨੇ? ਜੇ ਉਹ ਆਪਦੀ ਹਿੰਮਤ ਨਾਲ ਅੱਗੇ ਆਉਂਦੇ ਨੇ ਤਾਂ ਜਾ ਇਹ ਪੇਪਰ ਲੀਕ ਕਰ ਰਹੇ ਨੇ, ਸਾਰੇ ਪੇਪਰ ਲੀਕ ਹੋਏ। ਸੁਪਰੀਮ ਕੋਰਟ ਇੱਕ ਕੇਸ ਨੂੰ ਦੇਖੀ ਜਾ ਰਹੀ ਹੈ, ਸੁਪਰੀਮ ਕੋਰਟ ਨੂੰ ਨਹੀਂ ਪਤਾ ਵੀ ਪੇਪਰ ਲੀਕ ਹੋਏ ਨੇ, ਫਿਰ ਨਹੀਂ ਪਤਾ ਉਹ ਪਹਿਲਾਂ ਉਹਨੇ ਵਿਆਪਕ ਘੁਟਾਲਾ, ਇਹ ਤਾਂ ਇੱਕ ਹੈ ਨਾ, ਉੱਥੇ 40 ਮਰਡਰ ਹੋਏ, ਜਿਹੜੇ ਗਵਾਹ ਸੀਗੇ ਉਹੀ ਬੰਦਾ ਹੁਣ ਇੱਥੇ ਚੇਅਰਮੈਨ ਹੈ ਜਿਹਨੇ ਪੇਪਰ ਐਨ ਟੀ ਏ ਦਾ ਲੀਕ ਕਰਿਆ, ਪੇਪਰ ਕੈਂਸਲ ਹੋਏ। ਠੀਕ ਹੈ, ਨਹੀਂ ਮੰਨਣਾ, ਆ ਪੰਜਾਬੀ ਜਿਸ ਪੇਪਰ ਲੀਕ ਕਰੇ ਨਹੀਂ ਮੰਨੇ, ਕਿਉਂਕਿ ਪੇਪਰ ਲੀਕ ਕਰਦੇ ਨੇ, ਪੈਸੇ ਇਕੱਠੇ ਕਰਦੇ ਨੇ, ਪਿੱਛੋਂ ਮੁੱਕਰਦੇ ਨੇ, ਪਿੱਛੋਂ ਕਹਾਣੀਆਂ ਬਣਾਉਂਦੇ ਨੇ, ਪਿੱਛੋਂ ਉਹਦੇ ਵਿੱਚੋਂ ਜੇ ਕੋਈ ਗਵਾਹ ਹੋਵੇ, ਕੋਈ ਹੋਰ ਹੋਵੇ, ਕੋਈ ਸਿਰ ਚੁੱਕੇ ਉਹਨੂੰ ਮਾਰਦੇ ਨੇ, ਕਤਲ ਕਰਨ ਤੱਕ ਜਾਂਦੇ ਨੇ, ਕਿਉਂਕਿ ਤਾਕਤਵਰ ਨੇ। ਇਸ ਕਰਕੇ ਘਟਨਾਵਾਂ ਨਵੀਆਂ ਤੋਂ ਨਵੀਆਂ ਹੁੰਦੀਆਂ, ਫਿਰ ਕਾਮਨ ਮੈਨ ਵੀ ਇਹ ਸੋਚਦਾ ਆਪਾਂ ਕਿਉਂ ਨਾ ਕਰ ਲਈਏ। ਸੋ ਇਹ ਕਾਰਡ ਤੋੜਤਾ ਇਹਨਾਂ ਨੇ, ਅਜੇ ਵੀ ਮੌਕਾ ਹੈ। ਕਹਿੰਦੇ ਡੁੱਡੇ ਵੀਰਾਂ ਦਾ ਕੁਛ ਨਹੀਂ ਵਿਗੜਾ, ਚੁੱਕੇ ਪਾ ਲਓ ਟੋਕਰੀ 'ਚ, ਅਜੇ ਵੀ ਉਹਨਾਂ ਨੂੰ ਸਾਫ਼ ਕਰਕੇ ਟੋਕਰੀ 'ਚ ਪਾਉਣੇ ਸ਼ੁਰੂ ਕਰਨ, ਨਹੀਂ ਜੋ ਕੁਛ ਪਿਛਲੇ ਸਮੇਂ ਤੋਂ ਮੁਲਕ ਦਾ ਹਾਲ ਕਰਿਆ, ਧਰਮ ਦੇ ਨਾਂ 'ਤੇ, ਜਾਤ ਦੇ ਨਾਂ 'ਤੇ, ਔਰਤ ਮਰਦ ਦੇ ਨਾਂ 'ਤੇ, ਪੇਂਡੂ ਸ਼ਹਿਰੀ ਦੇ ਨਾਂ 'ਤੇ, ਅਤੇ ਕਿਸਾਨ ਮਜ਼ਦੂਰ ਦੇ ਨਾਂ 'ਤੇ, ਵਪਾਰੀ ਅਤੇ ਖੇਤੀ ਵਾਲ ਦੇ ਨਾਂ 'ਤੇ, ਇਹ ਮੁਲਕ ਨੇ ਬਚਣਾ ਨਹੀਂ। ਇਹ ਮੁਲਕ ਦਾ ਬਹੁਤ ਮਾੜਾ ਹਾਲ ਹੋ ਰਿਹਾ। ਔਰ ਰੇਪ ਇੱਕ ਮੈਂ ਕਹਾਂਗਾ, ਅਸੀਂ ਕਹਿੰਦੇ ਹਾਂ ਏਸਡ ਟੈਸਟ, ਵੀ ਜਿਵੇਂ ਤੇਜ਼ਾਬ ਦੇ ਵਿੱਚ ਤੁਸੀਂ ਨਿਟਮਸ ਪਾਓਗੇ ਨਾ,
ਅਤੇ ਉਹ ਨਾਲ ਦੀ ਨਾਲ ਉਹਦਾ ਰੰਗ ਬਦਲ ਜਾਣਾ ਹੈ। ਸੋ ਇਹ ਲਿਟਮਸ ਟੈਸਟ ਹੈ ਕਿ ਇੱਕ ਰੇਪ ਐਡੇ ਹਸਪਤਾਲ 'ਚ, ਮੈਡੀਕਲ ਕਾਲਜ ਦੇ ਹਸਪਤਾਲ 'ਚ, ਜਿਹੜਾ ਪਹਿਲਾ ਰੇਪ ਹੋਇਆ ਸੀ ਨਿਰਭਯਾ ਦਾ ਉਹ ਬੱਸ 'ਚ ਹੋਇਆ ਸੀ, ਜਿਹੜਾ ਦੂਜਾ ਰੇਪ ਹੋਇਆ ਸੀ ਉਹ ਲੜਕੀ ਦਾ ਉਹ ਜਾਂਦੀ ਹੋਈ ਦਾ ਰਸਤੇ 'ਚ ਹੋਇਆ ਸੀ। ਇਹ ਰੇਪ ਹਸਪਤਾਲ ਮੈਡੀਕਲ ਕਾਲਜ, ਮੈਡੀਕਲ ਕਾਲਜ ਵੱਡੀ ਸੰਸਥਾ ਹੁੰਦੀ ਹੈ ਬਿਲਕੁਲ, ਔਰ ਕਲਕੱਤੇ ਦਾ ਮੈਡੀਕਲ ਕਾਲਜ ਜਿਹੜਾ 100-150 ਸਾਲ ਪੁਰਾਣਾ ਹੈ ਉਹਦੇ ਵਿੱਚ ਹੋਇਆ। ਇਹ ਸ਼ਰਮ ਦੀ ਗੱਲ ਹੈ। ਜੇ ਮੈਡੀਕਲ ਕਾਲਜਾਂ ਦੇ ਵਿੱਚ ਆਹ ਕੁਛ ਹੋਣ ਲੱਗ ਗਿਆ ਤਾਂ ਨਾ ਲੋਕਾਂ ਨੂੰ ਇਲਾਜ ਮਿਲਣਾ, ਨਾ ਲੋਕਾਂ ਦਾ ਵਿਸ਼ਵਾਸ ਰਹਿਣਾ, ਅਤੇ ਨਾ ਕਿਸੇ ਨੇ ਬਚਣਾ ਇਲਾਜ ਦੇ ਬਾਵਜੂਦ, ਕਿਉਂਕਿ ਤੁਹਾਡੇ ਮੋਰਲ ਹੀ ਟੁੱਟ ਗਏ। ਜਦ ਬੰਦਾ ਨਾ ਮਨ ਟੁੱਟ ਜਾਂਦਾ ਉਦੋਂ ਫਿਰ ਕੁਛ ਨਹੀਂ ਰਹਿੰਦਾ ਉਹਦੇ ਕੋਲ। ਕਹਿੰਦੇ ਨਹੀਂ ਅਸੀਂ ਵੀ ਕਿਉਂ ਤੂੰ ਭਾਈ ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀਤ। ਸੋ ਇਹ ਮਨ ਤੋੜ ਰਹੇ ਨੇ, ਡਾਕਟਰਾਂ ਦਾ ਵੀ, ਨੌਜਵਾਨ ਲੜਕੇ ਲੜਕੀਆਂ ਦਾ ਵੀ, ਔਰ ਇਹ ਚੋਰ ਇਕੱਠੇ ਹੋਏ ਨੇ ਉੱਤੇ। ਮੈਨੂੰ ਕਹਿਣ 'ਚ ਕੋਈ ਮੈਨੂੰ ਫੜ ਲੈਣ ਜਿਹਨੇ ਫੜਨਾ, ਇਹ ਚੋਰ ਨੇ, ਕਿਉਂਕਿ ਐਨ ਟੀ ਏ ਦੇ ਪੇਪਰ ਲੀਕ ਨੇ ਮੈਨੂੰ ਇਹ ਦੱਸਤਾ ਵੀ ਤਾਂ ਵੱਡੀ ਚੋਰੀ ਕਰਦੇ ਨੇ। ਮੈਂ ਯੂਨੀਵਰਸਿਟੀ ਦਾ ਰਜਿਸਟਰਾਰ ਰਿਹਾ, ਮੈਂ ਇਹ ਪੇਪਰ ਲੀਕ ਬੰਦ ਕਰਿਆ, ਇਹ ਪੇਪਰ ਲੀਕ ਉਹੀ ਐਮ ਬੀ ਸੀ ਦੇ ਦਾਖਲੇ ਦਾ, ਮੈਂ ਕਿਹਾ ਕਿਹੜਾ ਮਾਈ ਦਾ ਲਾਲ ਹੈ, ਕਰਕੇ ਦਿਖਾਵੇ ਲੀਕ, ਅਤੇ ਇਹਨਾਂ ਨੇ ਲੀਕ ਕਰਿਆ। ਹੁਣ ਜੇ ਆਪ ਹੀ ਲੀਕ ਕਰੇਗਾ ਹੈਂ ਤਾਂ ਫਿਰ ਠੀਕ ਹੈ, ਫਿਰ ਜੇ ਮਾਂ ਹੀ ਕਾਤਲ ਬਣ ਜਾਏਗੀ ਬੱਚੇ ਦੀ, ਜੇ ਰਸੋਈਆ ਜ਼ਹਿਰ ਦੇਣੀ ਚਾਹੇਗਾ, ਜੇ ਡਾਕਟਰ ਮਰੀਜ਼ ਨੂੰ ਮਾਰਨਾ ਚਾਹੇਗਾ, ਫਿਰ ਨਹੀਂ ਬਚਾਇਆ ਜਾ ਸਕਦਾ। ਇਹ ਹੁਣ ਸਾਡਿਆਂ ਨੂੰ ਇਹਨਾਂ ਨੂੰ ਸੋਚ ਲੈਣਾ ਚਾਹੀਦਾ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਇਸ ਇੰਸੀਡੈਂਸ ਨੂੰ, ਤਿੰਨ ਗੱਲਾਂ ਕਹਾਂਗਾ ਮੈਂ ਬਸ, ਗੱਲ ਕਰੇ ਇੱਕ, ਇਹਦੀ ਪੂਰੀ ਨਿਰਪੱਖ ਜਾਂਚ ਕਰਾਓ ਅਤੇ ਉਹਦੇ ਵਿੱਚ ਕੋਈ ਕਸਰ ਨਾ ਛੱਡੋ, ਜਿਹੜਾ ਮਰਜ਼ੀ ਆਉਂਦਾ ਟਾਂਚਾ ਜਾਵੇ ਜਾਵੇ, ਇੱਕ ਇੱਕ ਨਿਸ਼ਾਨੀ ਦੱਸਣਾ ਵੀ ਹੁਣ ਫਿਰ ਐਂ ਹੁਣ ਨਹੀਂ ਚੱਲਦਾ, ਬਹੁਤ ਹੋ ਗਿਆ, ਹੱਦ ਹੋ ਗਈ ਹੈ। ਦੂਜਾ ਮੈਂ ਮੀਡੀਆ ਨੂੰ ਵੀ ਬੇਨਤੀ ਕਰਾਂਗਾ ਵੀ ਇਸ ਨੂੰ ਹੋਰ ਸਟੱਡੀ ਕਰਕੇ ਜਿੰਨਾ ਜਿੰਨਾ ਇਹਨਾਂ ਕੋਲ ਆਵੇ ਮੀਡੀਆ 'ਚ, ਜਿਵੇਂ ਤੁਸੀਂ ਹੋ, ਉਹਦੇ ਨਾਲ ਲੋਕਾਂ ਦੇ ਵਿੱਚ ਗੱਲ ਮੀਡੀਆ ਦੇ ਕਰਕੇ ਵੱਡੀ ਆਈ ਹੈ, ਨਹੀਂ ਸ਼ਾਇਦ ਨਾ ਵੀ ਆਉਂਦੀ ਹੈ ਜੀ, ਇਹ ਦੱਬ ਵੀ ਸਕਦੀ ਸੀ ਉਹ। ਅਤੇ ਤੀਜਾ ਮੈਂ ਜਿਹੜੇ ਇਨਸਾਫ ਪਸੰਦ ਲੋਕ ਨੇ ਉਹਨਾਂ ਨੂੰ ਕਹਾਂਗਾ ਇਕੱਠੇ ਹੋ ਕੇ ਸਰਕਾਰ ਨੂੰ ਮਜਬੂਰ ਕਰੋ ਕਿ ਸਰਕਾਰਾਂ, ਚਾਹੇ ਕੇਂਦਰ ਦੀ ਸਰਕਾਰ ਹੈ, ਚਾਹੇ ਸੂਬੇ ਦੀ ਸਰਕਾਰ ਹੈ, ਕਿ ਪ੍ਰਸ਼ਾਸਨ ਚਾਹੇ ਪੁਲਿਸ ਦਾ ਹੈ, ਚਾਹੇ ਜਨਰਲ ਪ੍ਰਸ਼ਾਸਨ ਹੈ, ਚਾਹੇ ਨਿਆਂ ਦਾ ਹੈ, ਚਾਹੇ ਮੈਡੀਕਲ ਦਾ, ਉਹਨਾਂ ਸਾਰਿਆਂ ਨੂੰ ਬੰਦੇ ਬਣ ਕੇ ਇਹ ਕੰਮ ਕਰਨੇ ਪੈਣ ਕਿ ਅਸੀਂ ਆਪਣੀ ਡਿਊਟੀ ਨਿਭਾਉਣੀ ਹੈ, ਸਾਨੂੰ ਤਨਖਾਹ ਮਿਲਦੀ ਹੈ, ਅਸੀਂ ਕੋਈ ਆਸਾਨ ਨਹੀਂ ਕਰਦੇ, ਅਸੀਂ ਕੋਈ ਮੁਫਤ ਕੰਮ ਨਹੀਂ ਕਰ ਰਹੇ, ਸਾਨੂੰ ਤਨਖਾਹ ਮਿਲਦੀ ਹੈ, ਅਤੇ ਉਹਦਾ ਸਾਨੂੰ ਅਭਿਆਨਾ ਦੇਣਾ ਪਏਗਾ ਅਤੇ ਸਾਨੂੰ ਦੇਣਾ ਚਾਹੀਦਾ, ਨਹੀਂ ਤਾਂ ਫਿਰ ਲੋਕ ਆ ਜਾਣਗੇ ਗਲੀਆਂ 'ਚ ਜੀ। ਤਾਂ ਅਸੀਂ ਗੱਲ ਕਰਦੇ ਹਾਂ ਜਦੋਂ ਸੋ ਕੋ ਮੰਦਾ ਆਖ ਕੇ ਜਿੱਤ ਜਨਮੇ ਰਾਜਾਂ ਨੂੰ, ਪਰ ਇੱਥੇ ਤਾਂ ਹਾਲਾਤ ਹੀ ਇਹ ਨੇ, ਰਾਮ ਰਾਜ ਦੀ ਗੱਲ ਹੋ ਰਹੀ ਹੈ, ਔਰ ਹਰ ਰੋਜ਼ ਜਿਹੜਾ ਹੈਗਾ ਮਾਤਾ ਸੀਤਾ ਦੇ ਰੂਪ ਵਿੱਚ ਸਾਡੀਆਂ ਜਿਹੜੀਆਂ ਧੀਆਂ ਨੇ ਉਹਨਾਂ ਦੇ ਨਾਲ ਰੇਪ ਵਰਗੀਆਂ ਘਟਨਾਵਾਂ ਹੋ ਰਹੀਆਂ ਨੇ। ਵਨ ਨੇਸ਼ਨ ਵਨ ਐਜੂਕੇਸ਼ਨ ਵਨ ਨੇਸ਼ਨ ਵਨ ਇਲੈਕਸ਼ਨ 'ਤੇ ਤਾਂ ਬੜੀ ਜ਼ੋਰ ਸ਼ੋਰ ਨਾਲ ਕੰਮ ਕੀਤਾ ਜਾ ਰਿਹਾ, ਪਰ ਅਜਿਹੇ ਲੋਕਾਂ ਦੇ ਖਿਲਾਫ਼ ਫਾਸਟ ਟਰੈਕ ਕੋਰਟ ਕਿਵੇਂ ਬਣਨ, ਫਾਸਟ ਟਰੈਕ ਤਰੀਕੇ ਦੇ ਨਾਲ ਇਨਸਾਫ਼ ਕਿਵੇਂ ਮਿਲੇ, ਉਸ 'ਤੇ ਸਰਕਾਰਾਂ ਦੀ ਚੁੱਪੀ ਬੜੇ ਗੰਭੀਰ ਸਵਾਲ ਖੜ੍ਹੇ ਕਰ ਰਹੀਆਂ। ਇਸੇ ਕਰਕੇ ਜਿਹੜੇ ਅੱਜ ਜਦੋਂ ਧੀਆਂ ਘਰ ਤੋਂ ਬਾਹਰ ਨਿਕਲਦੀਆਂ ਨੇ ਤਾਂ ਮਾਂ ਬਾਪ ਉਹਨਾਂ ਦਾ ਰਸਤਾ ਦੇਖਦੇ ਨੇ ਕਿ ਸਾਡੀ ਧੀ ਅੱਜ ਸੁਰੱਖਿਅਤ ਮੁੜੇਗੀ ਕਿ ਨਹੀਂ ਮੁੜੇਗੀ, ਤਾਂ ਹਾਲੇ ਵੀ ਰਾਮ ਤੇਰੀ ਗੰਗਾ ਮੈਰੀ ਹੈ। ਧੰਨਵਾਦ।